ਸਤਿ ਸ਼੍ਰੀ ਅਕਾਲ ਅੱਛਾ ਜੀ ਅੱਜ ਦੀ ਵੀਡੀਓ ਸ਼ੁਰੂ ਕਰੀਏ ਔਰ ਪੇਜ ਨੰਬਰ 586 5186 ਠੀਕ ਹੈ ਅੱਛਾ ਜੀ ਇੱਥੇ ਗੱਲ ਕਰਨ ਲੱਗੇ ਨੋਰਮੇ ਸੁਲਾ ਪ੍ਰੈਸੀਡੈਂਸ ਨੋਰਮੇ ਕਿ ਨੂੰ ਆਸਦੇ ਨੇ ਕਾਨੂੰਨ ਨੂੰ ਸੁਲਾ ਪ੍ਰੈਸੀਡੈਂਸ ਮਤਲਬ ਜਿਹੜੇ ਉਹਨਾ ਹੱਕ ਵਾਲੇ ਕਾਨੂੰਨ ਬਣਾਏ ਨੇ ਹੱਕ ਦੇਣਾ ਜਾਂ ਹੱਕ ਲੈਣਾ ਜਿਹੜਾ ਹੁੰਦਾ ਹੈ ਜਿਆਦਾ ਦੇਣ ਦੀ ਗੱਲ ਕਰਦਾ ਹੱਕ ਦੇਈਦਾ ਠੀਕ ਹੈ ਜਿਹੜੀਆਂ ਐਮਰਜੈਂਸੀ ਵਿੱਚ ਗੱਡੀਆਂ ਹੁੰਦੀਆਂ ਨੇ ਮਸਲਨ ਐਂਬੂਲੈਂਸ ਹੋ ਗਈ ਪੁਲਿਸ ਦੀ ਹੋ ਗਈ ਜਾਂ ਡିକਾ ਲੋ ਫਾਇਰ ਬਰਗੇਡ ਦੀ ਹੁੰਦੀ ਏ ਇਹ ਜਦੋਂ ਐਮਰਜੈਂਸੀ ਵਿੱਚ ਹੋਣ ਇਹਨਾਂ ਦੀਆਂ ਉੱਤੇ ਉਹ ਲਾਈਟਾਂ ਜਿਹੜੀਆਂ ਨੇ ਆਨ ਹੋਣ ਜਾਂ ਉਹ ਹੋਟਰ ਸਾਇਰਨ ਵਜਾ ਰਹੀਆਂ ਹੋਣ ਤੇ ਇਹ ਇਹਨਾਂ ਨੂੰ ਪਹਿਲ ਹਰ ਸੂਰਤ ਦੇਣੀ ਦੇਣੀ ਹੈ ਠੀਕ ਹੈ ਦੂਸਰਾ ਅਗਰ ਕੋਈ ਨਿਸ਼ਾਨ ਨਹੀਂ ਲੱਗੇ ਆ ਠੀਕ ਹੈ ਤੇ ਫਿਰ ਜਿਹੜੀਆਂ ਪਟੜੀ ਦੇ ਉੱਤੇ ਗੱਡੀਆਂ ਚੱਲਦੀਆਂ ਨੇ ਜਿਸ ਤਰ੍ਹਾਂ ਟ੍ਰੇਨ ਹੋ ਗਈ, ਟਰામ ਹੋ ਗਈ, ਟਰામ ਪਤਾ ਉਹਦੀ ਪਟੜੀ ਸੜਕ ਦੇ ਉੱਤੇ ਹੀ ਹੁੰਦੀ ਏ। ਇਹਨਾਂ ਗੱਡੀਆਂ ਦੀ ਵੀ ਫਿਰ ਪਹਿਲ ਹੋਵੇ ਦੀ ਅਗਰ ਕੋਈ ਨਿਸ਼ਾਨ ਵਗੈਰਾ ਨਹੀਂ ਲੱਗੇ ਆ ਤੇ ਠੀਕ ਏ। ਦੂਸਰਾ ਬਾਕੀਆ ਚੀਜ਼ਾਂ ਨਾਰਮਲ ਅੱਗੇ ਵੀ ਪੜੀਆਂ ਨੇ ਕਿ ਜਦੋਂ ਤੁਸੀਂ ਟ੍ਰੈਫਿਕ ਦੇ ਵਿੱਚ ਐਂਟਰ ਹੋਣਾ ਹੈ ਮਸਲਨ ਸੜਕ ਦੀ ਸੱਜੀ ਸਾਈਡ ਤੇ ਖਲੋਤੇ ਹੋ ਤੇ ਤੁਸੀਂ ਟ੍ਰੈਫਿਕ ਦੇ ਵਿੱਚ ਐਂਟਰ ਹੋਣਾ ਸੜਕ ਉੱਤੇ ਜਾਣਾ ਜੇ ਤੇ ਹੱਕ ਦੇ ਕੇ ਐਂਟਰ ਹੋਣਾ ਦੂਸਰੀਆਂ ਗੱਡੀਆਂ ਨੂੰ ਯੂ ਟਰਨ ਕਰਦੇ ਹੋ ਤਾਂ ਵੀ ਇਹ ਹੀ ਚੀਜ਼ ਏ। ਗੱਡੀ ਰਿਵਰਸ ਕਰ ਰਹੇ ਹੋ ਤਾਂ ਵੀ ਇਹੀ ਚੀਜ਼ ਹੈ ਆਪਣੇ ਘਰ ਵਿੱਚੋਂ ਗੱਡੀ ਲੈ ਕੇ ਨਿਕਲਦੇ ਰਹੇ ਹੋ ਤਾਂ ਵੀ ਇਹੀ ਚੀਜ਼ ਹੈ ਕਿ ਆਉਣ ਵਾਲੀਆਂ ਗੱਡੀਆਂ ਨੂੰ ਜਾਂ ਪੈਦਲ ਹੈ ਜਾਂ ਸਾਈਕਲ ਵਾਲਾ ਉਹਨਾਂ ਨੂੰ ਪਹਿਲ ਦੇਣੀ ਹੁੰਦੀ ਹੈ ਠੀਕ ਹੈ ਆਲੀ ਇਨਕ੍ਰੋਚੀ ਕਹਿੰਦੇ ਚੌਕਾਂ ਦੇ ਉੱਤੇ ਇਹ Obligatory ਹੋ ਲਾਜ਼ਮੀ ਹੈ ਜ਼ਰੂਰੀ ਹੈ ਡਾਰ ਲਾ ਪ੍ਰੈਜ਼ੀਡੈਂਸ ਆ ਕਿ ਹੱਕ ਦੇਣਾ ਜੇ ਆਈ ਵਹੀਕਲੀ ਉਹਨਾਂ ਗੱਡੀਆਂ ਨੂੰ ਚਿਰਕੋਲਾਂਤੀ ਸੂਰਤਾਈ ਜਿਹੜੀਆਂ ਪਟੜੀ ਦੇ ਉੱਤੇ ਚੱਲਦੀਆਂ ਨੇ ਅੱਗੇ ਉਹਨੇ ਬ੍ਰੈਕਟ ਵਿੱਚ ਦੱਸਿਆ ਵੀ ਪਟੜੀ ਤੇ ਕਿਹੜੀਆਂ ਟ੍ਰਾਮ ਹੋ ਗਈ ਟ੍ਰੇਨ ਹੋ ਗਈਆਂ ਠੀਕ ਹੈ ਜੀ ਸਾਲਵੋ ਦਿਵੈਰਸਾ ਸਿਗਨਲੇਸ਼ਨੇ ਜੇ ਕੋਈ ਉੱਥੇ ਨਿਸ਼ਾਨ ਕੋਈ ਨਹੀਂ ਤੇ ਫਿਰ ਉਹ ਕੋਈ ਨਿਸ਼ਾਨ ਨਹੀਂ ਤੇ ਫਿਰ ਇਹਨਾਂ ਗੱਡੀਆਂ ਦੀ ਪੈਲ ਹੋਵੇ ਦੀ ਬਾਕੀ ਆ ਸਾਲਵੋ ਦਿਵੈਰਸਾ ਸਿਗਨਲੇਸ਼ਨੇ ਆ ਗਿਆ ਸੈਂਪਰੇ ਵੇਰੋ 5 60 70 ਤੇ 100 ਤੇ ਆਰੀਵਨੋ ਨਾਲ ਠੀਕ ਹੈ ਦੂਸਰਾ ਏਓਬਲੀਗਾਟੋਰੀਓ ਲਾਜ਼ਮੀ ਹੈ ਜ਼ਰੂਰੀ ਹੈ ਦਰ ਪ੍ਰੇਸਿਡੈਂਸਾ ਕਿ ਹੱਕ ਦੇਣਾ ਜੇ ਇਸ ਤਰ੍ਹਾਂ ਇਸ ਤਰ੍ਹਾਂ ਸੱਜੇ ਤੇ ਖੱਬੇ ਕਵਾਂਡੋ ਦਾ ਫੇਰਮੇ ਜਦੋਂ ਰੁਕੇ ਹੋ ਚੀਸੀ ਇਮੈਟੇ ਤੇ ਐਂਟਰ ਹੁੰਦੇ ਹੋ ਨੀਲਾ ਸਰਕੂਲਰ ਸਿਓ ਨੇ ਟ੍ਰੈਫਿਕ ਦੇ ਵਿੱਚ ਵੇਰੋ ਜਦੋਂ ਅਸੀਂ ਰੁਕੇ ਹਾਂ ਸਾਈਡ ਤੇ ਟ੍ਰੈਫਿਕ ਵਿੱਚ ਐਂਟਰ ਹੁੰਨੇ ਆ ਤੇ ਫਿਰ ਹੱਕ ਦੇ ਕੇ ਐਂਟਰ ਹੋਣਾ ਨਿੱਲਾ ਸਰਕੂਲੇਸ਼ਨ ਸਰਕੂਲੇਸ਼ਨ ਇਹਦੇ ਨੇ ਚੱਲਨੇ ਨੂੰ ਚੱਲਨੇ ਤੋਂ ਦਾ ਮਤਲਬ ਹੈ ਕਿ ਟ੍ਰੈਫਿਕ ਚੱਲ ਰਹੀ ਹੈ ਉਹਦੇ ਵਿੱਚ ਠੀਕ ਹੈ ਤੀਸਰਾ ਇਹ ਆਬਲੀਗਾਟੋਰੀ ਯੋ ਲਾਜ਼ਮੀ ਹੈ ਜ਼ਰੂਰੀ ਹੈ ਦਾਰ ਇਲਾ ਪ੍ਰੈਜ਼ੀਡੈਂਸਾ ਕੇ ਹੱਕ ਦੇਣਾ ਜੇ ਆ ਤੁਤੀ ਇ ਵੇਈਕੋਲੀ ਸਾਰੀਆਂ ਗੱਡੀਆਂ ਨੂੰ ਚਿਰਕੋਲਾਨ ਦੀ ਜਿਹੜੀਆਂ ਚੱਲਦੀਆਂ ਨੇ ਪਈਆਂ ਸੁਲੇਸਤਰਾ ਦੇ ਸੜਕਾਂ ਦੇ ਉੱਤੇ ਕਵਾਂਦੋ ਸੀ ਐਫਫੇਟੂਆ ਜਦੋਂ ਕਰਦੇ ਹੋ ਇਨਵਰਸਿਓਨ ਦੇ ਸੈਂਸ ਆਫ ਦੀ ਮਾਰਚ ਆ ਯੂ ਟਰਨ ਵੇਰ ਜਦੋਂ ਯੂ ਟਰਨ ਕਰਨੇ ਆ ਤੇ ਸਾਰੀਆਂ ਗੱਡੀਆਂ ਨੂੰ ਪੈਲ ਦੇਣੀ ਹੁੰਦੀ ਹੈ ਠੀਕ ਹੈ ਚੌਥਾ ਇਹ ਆਬਲੀਗਟੋਰੀ ਹੋ ਲਾਜ਼ਮੀ ਹੈ ਜ਼ਰੂਰੀ ਹੈ ਦਾਰਲਾ ਪ੍ਰੈਜ਼ੀਡੈਂਟ ਸਾਹਿਬ ਕੇ ਹੱਕ ਦੇਣਾ ਜੇ ਆ ਤੂਤੀ ਇਹ ਵਹੀਕੁਲੀ ਸਾਰੀਆਂ ਗੱਡੀਆਂ ਨੂੰ ਕੁਆਂਦੋ ਸੀ ਐਫ ਐਤਵਾ ਜਦੋਂ ਕਰਦੇ ਹੋ ਲਾ ਰੇਟਰੋ ਮਾਰਚਾ ਰਿਵਰਸ ਜਦੋਂ ਗੱਡੀ ਰਿਵਰਸ ਕਰਦੇ ਹੋ ਉਦੋਂ ਵੀ ਕਹਿੰਦਾ ਹੱਕ ਦੇਣਾ ਜੀ ਵੇਖੋ ਰੇਟਰੋ ਮਾਰਚਾ ਗੱਡੀ ਰਿਵਰਸ ਕਰਨਾ ਐਫ ਐ ਤਵਾ ਮਤਲਬ ਕਰਨਾ ਇਹ ਆਬਲੀਗਾਟੋਰੀ ਉਹ ਲਾਜ਼ਮੀ ਹੈ ਦਾਰੈਲਾ ਪ੍ਰੈਸੀਡੈਂਸਾ ਹੱਕ ਦੇਣਾ ਅਦੇਸਤਰਾ ਯਸਨੀਸਤਰਾ ਸੱਜੇ ਤੇ ਖੱਬੇ ਕਵਾਂਦੋ ਸੀ ਐਸ਼ੇ ਜਦੋਂ ਨਿਕਲਦੇ ਹੋ ਡਾਊਨ ਪਾਸੋ ਕਰਾਬੀ ਲੈ ਤੋ ਵੇਰੋ ਠੀਕ ਹੈ ਜੀ ਪਾਸੋ ਕਰਾਬੀ ਕਿਹੜਾ ਹੁੰਦਾ ਹੈ ਜਿਹੜਾ ਆਪਣੇ ਘਰ ਦਾ ਮੇਨ ਕੰਚੇ ਲੋੜਾ ਵੱਡਾ ਗੇਟ ਹੁੰਦਾ ਜਿੱਥੋਂ ਗੱਡੀ ਲੈ ਕੇ ਨਿਕਲੀ ਦਾ ਜਾਂ ਐਂਟਰ ਹੋਈ ਦਾ ਉਹਨੂੰ ਪਾਸੋ ਕਰਾ ਵੀ ਲਿਆ ਤੇਰੇ ਛੇਵਾਂ ਸਵਾਲ ਇਹ ਓਬਲੀਗਾਟੋਰੀਓ ਕਹਿੰਦੇ ਲਾਜ਼ਮੀ ਹੈ ਜ਼ਰੂਰੀ ਹੈ ਦਾਰੇ ਲਾ ਪ੍ਰੈਜ਼ੀਡੈਂਟ ਸਾਹਿਬ ਕੇ ਹੱਕ ਦੇਣਾ ਜੇ ਆਦੇਸ਼ ਤਰਾ ਇਹ ਅਸਨੀਸ ਤਰਾ ਸੱਜੇ ਤੇ ਖੱਬੇ ਇਨ ਪ੍ਰੈਜ਼ੈਂਸਾ ਦਲ ਸਿਨਿਆਲੇ ਰੋਟਾਟਰੀਆ ਰਤੋਂ ਦੇ ਵਾਲੇ ਨਿਸ਼ਾਨ ਦੀ ਮੌਜੂਦਗੀ ਦੇ ਵਿੱਚ ਕਹਿੰਦਾ ਸੱਜੇ ਤੇ ਖੱਬੇ ਪੈਲ ਦੇਣੀ ਜ਼ਰੂਰੀ ਹੈ ਫਾਲਸੋ ਜੀ ਰਤੋਂਦੇ ਦਾ ਨਿਸ਼ਾਨ ਨਹੀਂ ਵੇਖ ਲੰਦਾ ਦੱਸਿਆ ਸੀ ਪਿੱਛੇ ਵੀ ਕਿ ਰਤੋਂਦੇ ਦੇ ਉੱਤੇ ਅਸੀਂ ਖੱਬੀ ਸਾਈਡ ਤੋਂ ਆਉਣ ਵਾਲੀ ਗੱਡੀ ਨੂੰ ਤਾਂ ਪੈਲ ਦੇਣੇ ਆ ਕਿਉਂਕਿ ਉੱਥੇ ਜਿਹੜਾ ਵੇ ਡਾਹਰੇ ਪ੍ਰੈਜ਼ੀਡੈਂਸ ਵੱਲ ਨਿਸ਼ਾਨ ਲੱਗੇ ਆਉਂਦਾ ਇਹ ਉਸ ਵਾਸਤੇ ਖੱਬੀ ਸਾਈਡ ਤੋਂ ਆਉਣ ਵਾਲੀ ਗੱਡੀ ਦੀ ਪੈਲ ਬਣਦੀ ਏ ਤੇ ਰਤੋਂਦੇ ਦਾ ਨਿਸ਼ਾਨ ਤੇ ਨਾਰਮਲ ਸਿਰਫ ਇਹ ਦੱਸਦਾ ਕਿ ਆ ਰਤੋਂਦਾ ਵੇ ਠੀਕ ਹੈ ਇਸ ਵਾਸਤੇ ਰਤੋਂਦਾ ਰਤੋਂਦੇ ਦਾ ਨਿਸ਼ਾਨ ਹੋਵੇ ਤੇ ਦਾ ਇਹ ਮਤਲਬ ਨਹੀਂ ਹੁੰਦਾ ਕਿ ਤੁਹਾਨੂੰ ਖੱਬੀ ਸਾਈਡ ਵਾਲੇ ਨੂੰ ਪੈਲ ਦੇਣੀ ਹੈ ਇਹ ਸੀ ਇਹਦਾ ਧਿਆਨ ਰੱਖਣਾ ਸਤਵਾਂ ਇਹ obbligatorio ਲਾਜ਼ਮੀ ਹੈ دارਲਾ ਪ੍ਰੇਸਿ덴ਸਾ ਕੇ ਹੱਕ ਦੇਣਾ ਜੇ a tutti i veicoli ਸਾਰੀਆਂ ਗੱਡੀਆਂ ਨੂੰ circolanti nelle incroci ਜਿਹੜੀਆਂ ਚੌਕਾਂ ਦੇ ਵਿੱਚ ਚੱਲ ਰਹੀਆਂ ਨੇ regulati da semaforo ਵੇ ਜਿਹੜੇ ਚੌਕ ਨੂੰ ਇਸ਼ਾਰਾ ਐਡਜਸ ਕਿਤੇ ਮਤਲਬ ਉੱਤੇ ਇਸ਼ਾਰਾ ਲੱਗੇ ਹੈ a luce gialla lampeggiante ਵੇ ਚੌਕ ਦੇ ਵਿੱਚ ਪੀਲੀ ਲਾਈਟ ਲੰਪੇ ਜਾਂਦੇ ਲੱਗੇ ਡਬਲ ਦੀ ਬੂਝਦੀ ਹੈ ਵੀ ਫਾਲਸ ਹੋ ਜੀ giallo light ਜਿੱਥੇ ਲੱਗੀ ਹੁੰਦੀ ਹੈ ਚੌਕ ਦੇ ਵਿੱਚ ਉਦਾਇი ਮਤਲਬ ਨਹੀਂ ਹੁੰਦਾ ਕਿ ਤੁਸੀਂਾਂ ਪਹਿਲ ਦੇਣੀ ਹੈ ਉਹ ਇੱਕ ਕਿਸਮ ਦਾ ਖਤਰੇ ਦਾ ਨਿਸ਼ਾਨ ਹੁੰਦਾ ਜਿਹੜੀ ਜਾਲੋ ਲਾਈਟ ਹੁੰਦੀ ਨੇ ਬਲਦੀ ਬੁਝਦੀ ਵੇ ਉਹਦਾ ਇਹ ਮਤਲਬ ਹੁੰਦਾ ਹੈ ਵੀ ਵੇਹ ਤਾਂ ਕੇ ਤੇ ਧਿਆਨ ਨਾਲ ਗੁਜ਼ਰਨਾ ਜੇ ਠੀਕ ਹੋ ਗਿਆ ਅਗਰ ਉਤੇ ਸਟਾਪ ਦਾ ਨਿਸ਼ਾਨ ਲੱਗਿਆ ਤੇ ਫਿਰੋਜ਼ ਸਾਹਿਬ ਨਾਲ ਤੁਸੀਂ ਟੁਰਨਾ ਹੈ ਦਰ ਪ੍ਰੈਜ਼ੀਡੈਂਸ ਨਾਲ ਨਿਸ਼ਾਨ ਲੱਗਿਆ ਫਿਰੋਜ਼ ਸਾਹਿਬ ਨਾਲ ਟੁਰਨਾ ਕੋਈ ਵੀ ਨਿਸ਼ਾਨ ਨਹੀਂ ਲੱਗਿਆ ਸवाय ਉਸ ਇਸ਼ਾਰੇ ਦੇ ਤੇ ਫਿਰ ਤੁਸੀਂਾਂ ਵੇਖਣਾ ਕਿ ਸੱਜੀ ਸਾਈਡ ਤੋਂ ਕਿਹੜੀ ਗੱਡੀ ਵੀ ਆਉਂਦੀ ਹੈ ਲਾਜ਼ਮੀ ਨਹੀਂ ਕਿ ਉਤੇ ਅਸੀਂ ਪਹਿਲ ਦੇਣੀ ਹੈ ਠੀਕ ਹੈ ਅਠਵਾਂ ਇਹ ਆਬਲੀਗਾਟੋਰੀਓ ਕਹਿੰਦਾ ਲਾਜ਼ਮੀ ਹੈ ਜ਼ਰੂਰੀ ਹੈ ਦਾਰ ਇਲਾ ਪਰਸ਼ਿਦੈਂਸਾ ਕੇ ਹੱਕ ਦੇਣਾ ਜੇ ਤੂਤੀ ਵਈ ਕੁਲੀ ਸਾਰੀਆਂ ਗੱਡੀਆਂ ਨੂੰ ਚਿਰਕੋਲਾਨ ਤੇ ਜਿਹੜੀਆਂ ਚਲਦੀਆਂ ਨੇ ਪਈਆਂ ਕਵਾਂਦੋ ਸਿਸਵੋਲਤਾ ਸਿਨਿਸਟਰਾ ਜਦੋਂ ਖੱਬੇ ਮੁੜਦੇ ਹੋ ਕਹਿੰਦਾ ਜਦੋਂ ਖੱਬੇ ਮੁੜਦੇ ਹੋ ਸਾਰੀਆਂ ਗੱਡੀਆਂ ਤੁਸਾਂ ਪੈਲ ਦੇਣੀ ਹੈ ਫਾਲਸੋ ਜੀ ਅੱਛਾ ਜੀ 587 586 287 ਤੇ ਜੀ ਇਹ ਹਨ ਸਟਾਪ ਦਾ ਨਿਸ਼ਾਨ ਹੈ ਤੇ ਸਟਾਪ ਦੇ ਨਿਸ਼ਾਨ ਦਾ ਕੀ ਮਤਲਬ ਹੁੰਦਾ ਹੈ ਕਿ ਕੋਈ ਗੱਡੀ ਸੱਜੀ ਸਾਈਡ ਤੋਂ ਆ ਰਹੀ ਹੈ ਜਾਂ ਖੱਬੀ ਸਾਈਡ ਤੋਂ ਆ ਰਹੀ ਹੈ ਉਹਨੂੰ ਅਸਾਂ ਪਹਿਲ ਦੇਣੀ ਹੈ ਤੇ ਲਾਜ਼ਮੀ ਰੁਕਣਾ ਹੈ ਬਿਸ਼ੱਕ ਕੋਈ ਗੱਡੀ ਵੀ ਨਹੀਂ ਪਈ ਹੁੰਦੀ ਤਾਂ ਵੀ ਇੱਥੇ ਇੱਕ ਵਾਰੀ ਲਾਜ਼ਮੀ ਬ੍ਰੇਕ ਲਾਣੀ ਹੈ ਤੇ ਫਿਰ ਜਾਣਾ ਕਿਉਂਕਿ ਸਟਾਪ ਉਹਨਾਂ ਲਿਖਿਆ ਜਿੱਤੇ ਸਟਾਪ ਹੋਵੇ ਉੱਥੇ ਰੁਕਣੀ ਰੁਕਣਾ ਹੁੰਦਾ ਹੈ ਇਹ ਆਬਲੀਗਾਟਰੀ ਉਹ ਲਾਜ਼ਮੀ ਹੈ ਡਾਰਲ ਪ੍ਰੈਸੀਡੈਂਸਾ ਕੇ ਹੱਕ ਦੇਣਾ ਜੇ ਆਦੇਸ ਤਰ੍ਹਾਂ ਇਸ ਨਿਸ਼ਾਨ ਸਜਦ ਖੱਬੇ ਇਨ ਪ੍ਰੈਜ਼ੈਂਸਾ ਦਲ ਸਿਗਨਾਲੇ ਇਸ ਨਿਸ਼ਾਨ ਦੀ ਮੌਜੂਦਗੀ ਵਿੱਚ ਇਨ ਫਿਗੂਰਾ ਜਿਹੜਾ ਤਸਵੀਰ ਦੇ ਵਿੱਚ ਵੇਰੋ ਜੀ ਇਨ ਪ੍ਰੈਜ਼ੈਂਸਾ ਦਾ ਮਤਲਬ ਹੁੰਦਾ ਹੈ ਮੌਜੂਦਗੀ ਦਲ ਸਿਗਨਾਲੇ ਇਸ ਨਿਸ਼ਾਨ ਦੀ ਠੀਕ ਹੈ ਜੀ ਵੇਰੋ 588 688 ਅੱਛਾ ਜੀ ਇਸ ਨਿਸ਼ਾਨ ਦਾ ਵੈਸੇ ਇਹ ਨਿਸ਼ਾਨ ਤਾਂ ਪਿੱਛੇ ਪੜਿਆ ਵਿੱਚ ਸ਼ਾਇਦ 5ਵੇਂ ਚੈਪਟਰ ਦੇ ਵਿੱਚ ਜਿਹੜੇ ਦਾਰ ਪ੍ਰੈਜ਼ੀਡੈਂਟ ਸ਼ਲ ਨਿਸ਼ਾਨ ਨੇ ਉਹਨਾਂ ਵਿੱਚ ਐਨ ਜਿਹੜੀ ਸੜਕ ਤੇ ਆ ਜਾਵੇ ਇਹਦਾ ਮਤਲਬ ਇਹ ਬਣਦਾ ਹੈ ਕਿ ਇਸ ਨਿਸ਼ਾਨ ਤੋਂ ਅੱਗੇ ਜਿਹੜਾ ਚੌਕ ਆਉਂਦਾ ਪਿਆ ਉੱਥੇ ਕੋਈ ਨਿਸ਼ਾਨ ਨਹੀਂ ਲੱਗਿਆ ਤੇ ਜਿਹੜੇ ਚੌਕ ਉੱਤੇ ਕੋਈ ਨਿਸ਼ਾਨ ਨਾ ਲੱਗੇ ਆਵੇ ਉੱਥੇ ਕੀ ਹੁੰਦਾ ਰੈਗੂਲਾ ਜਨਰਲ ਲਾਗੂ ਹੁੰਦਾ ਹੈ ਰੈਗੂਲਾ ਜਨਰਲ ਕੀ ਹੈ ਵੀ ਜਿਹੜੀ ਗੱਡੀ ਸੱਜੀ ਸਾਈਡ ਤੇ ਹੋਵੇ ਦੀ ਉਹਦੀ ਪੈ ਲੋਵੇ ਦੀ ਠੀਕ ਹੈ ਇਸ ਨਿਸ਼ਾਨ ਦਾ ਇਹ ਮਤਲਬ ਹੈ ਇਹ Obligatorio ਕਹਿੰਦੇ ਲਾਜ਼ਮੀ ਇਹ ਜ਼ਰੂਰੀ ਹੈ Darilla Presidenza ਕੇ ਹੱਕ ਦੇਣਾ ਜੇ ਆਦੇਸਤਰਾ ਇਹ ਇਸ ਨਿਸ਼ਾਨ ਤਰਾ ਸੱਜੇ ਤੇ ਖੱਬੇ In presenza del segnale ਇਸ ਨਿਸ਼ਾਨ ਦੀ ਮੌਜੂਦਗੀ ਵਿੱਚ in figura ਜਿਹੜਾ ਹੈ ਤਸਵੀਰ ਵਿੱਚ ਫਾਲਸੋ ਜੀ ਠੀਕ ਹੈ ਦੇਸਤਰੇ ਨੂੰ ਪਹਿਲ ਦੇਵਾਂ ਦੇਸਰੇ ਨੂੰ ਪਹਿਲ ਦੇਵਾਂਗੇ ਇਸ ਨਿਸ਼ਾਨ ਦੀ ਮੌਜੂਦਗੀ ਵਿੱਚ ਲੇਕਿਨ ਸਨੀਸਤਰਾ ਦੀ ਪਹਿਲ ਨਹੀਂ ਬਣਦੀ ਕਿਉਂਕਿ ਜਿੱਥੇ ਇਹ ਨਿਸ਼ਾਨ ਹੋਵੇ ਇਸ ਨਿਸ਼ਾਨ ਤੋਂ ਬਾਹਰ ਚੌਕ ਹੁੰਦਾ ਉੱਥੇ ਰੇਗੂਲਾ ਜਨਰਾਲੇ ਲਾਗੂ ਹੁੰਦਾ ਤੇ ਰੇਗੂਲਾ ਜਨਰਾਲੇ ਇਹ ਵੇ ਕਿ ਸੱਜੀ ਸਾਈਡ ਵਾਲੇ ਦੀ ਪਹਿਲ ਹੈ ਠੀਕ ਹੈ ਸਨੀਸਤਰਾ ਦੀ ਪਹਿਲ ਨਹੀਂ ਬਣਦੀ ਇਹਦੇ ਤੋਂ ਬਾਅਦ 599 589 ਅੱਛਾ ਜੀ 599 ਤੇ ਇਹ ਜਿਹੜੀ ਹੁਣ ਹੈ ਇਹ ਨਿਸ਼ਾਨ ਮੇਨ ਸੜਕ ਉੱਤੇ ਲੱਗਿਆ ਮਤਲਬ ਅਸੀਂ ਮੇਨ ਸੜਕ ਉੱਤੇ ਚੱਲਨੇ ਆਂ ਤੇ ਇਹ ਨਿਸ਼ਾਨ ਸਾਡੇ ਵਾਸਤੇ ਲੱਗਿਆ ਹੈ ਇਹ ਮੇਨ ਸੜਕ ਉਹ ਨਹੀਂ ਬਣਾਈਏ ਤੇ ਇਹ ਦੋ ਜਿਹੜੀਆਂ ਸਾਈਡਾਂ ਤੇ ਨੇ ਛੋਟੀਆਂ ਸੜਕਾਂ ਨੇ ਇਹ ਨਿਸ਼ਾਨ ਸਾਨੂੰ ਦੱਸਣਾ ਇਹ ਚਾਹ ਰਿਹਾ ਹੈ ਕਿ ਅੱਗੇ ਜਾ ਕੇ ਦੋ ਸੜਕਾਂ ਐਂਟਰ ਹੋ ਰਹੀਆਂ ਨੇ ਐ ਸੜਕ ਦੇ ਵਿੱਚ ਸਾਈਡਾਂ ਤੋਂ ਲੇਕਿਨ ਪਹਿਲ ਤੁਹਾਡੀ ਹੈ ਕਿਉਂਕਿ ਤੁਸੀਂ ਮੇਨ ਦੇ ਉੱਤੇ ਹੋ ਠੀਕ ਹੈ ਇਹ ਆਬਲੀਗਟੋਰੀ ਕੋ ਲਾਜ਼ਮੀ ਯਾ ਜ਼ਰੂਰੀ ਹੈ ਦਾਰ ਅਲਾ ਪ੍ਰੈਜ਼ੀਡੈਂਸਾ ਕੇ ਹੱਕ ਦੇਣਾ ਜੇ ਅਤੂਤੀ ਵਹੀ ਕੋਲੀ ਸਾਰੀਆਂ ਗੱਡੀਆਂ ਨੂੰ ਚਰਕੁਲਾਨ ਤੇ ਰੀਆਂ ਚੱਲਦੀਆਂ ਨੇ ਪਈਆਂ ਇਨ ਪ੍ਰੈਜ਼ੈਂਸ ਸਦਰ ਸਨਿਆਲੇ ਇਨ ਫਿਗੂਰਾ ਐਸ ਨਿਸ਼ਾਨ ਦੀ ਮੌਜੂਦਗੀ ਵਿੱਚ ਫਾਲਸੋ ਜੀ ਸਾਰੀਆਂ ਨੂੰ ਪਹਿਲ ਨਹੀਂ ਦੇਣੀ ਤੇ ਪਹਿਲ ਸਾਡੀ ਹੈ ਕਿਉਂਕਿ ਅਸੀਂ ਮੇਨ ਉੱਤੇ ਆ ਠੀਕ ਹੈ ਅੱਛਾ ਜੀ 590 590 अच्छा जी 590 ਤੇ ਗੱਲ ਕਰਨ ਲਗਾ ਹੈ ਕਿ ਕਿਸੇ ਵਾਸਤੇ ਜਦੋਂ ਚਲਦੇ ਹੋ ਬਿ ਟ੍ਰੈਫਿਕ ਵਿੱਚ ਚਲਦੇ ਹੋ ਤਾਂ ਕੋਸ਼ਿਸ਼ ਕਰਨੀ ਹੈ ਕਿਸੇ ਵਾਸਤੇ ਖਤਰਾ ਤੇ ਰੁਕਾਵਟ ਨਾ ਬਣੇ ਠੀਕ ਹੈ ਇੱਕ ਮਿੰਟ ਜੀ اچھا ਜੀ ਇੱਥੇ ਜੇ ਮੈਂ ਕਹਿੰਦਾ ਚਲੋ ਪਹਿਲਾ ਸਵਾਲ ਜੀ ਪਿਰ ਨੌਨ ਕੋਸਟਿਤਵੀਰੇ ਪੈਰੀਕੋ ਲੋ ਕਹਿੰਦਾ ਖਤਰਾ ਨਾ ਬਣਾਉਣੇ ਵਾਸਤੇ ਉਹ ਇਲਤਰਾਲ ਚੋ ਜਾਂ ਰਕਾਵਟ ਮਤਲਬ ਖਤਰਾ ਤੇ ਰਕਾਵਟ ਨਾ ਬਣਾਉਣੇ ਵਾਸਤੇ ਪਿਰ ਲਾ ਚਿਰਕੁਲਾਸਿਓਨੇ ਟ੍ਰੈਫਿਕ ਦੇ ਲਈ ਇਹਨਾਂ ਚ ਸਾਰੀ ਉਹ ਕਹਿੰਦਾ ਜ਼ਰੂਰੀ ਏ ਗੁਇਦਾਰੇ ਇਨ ਮੋਡੋ ਅਡੇਗੁਆਟੋ ਕਿ ਮناسب ਸਹੀ ਤਰੀਕੇ ਨਾਲ ਤੁਸੀਂ ਡਰਾਈਵਿੰਗ ਕਰੋ ਆਲੇ ਕਰਾਟੇਰਿਸਟਿਕੇ 델 ਵੈਇਕੁਲੋ ਗੱਡੀ ਦੀ ਸਲੈਯਤ ਖੂਬੀ ਦੇ ਹਿਸਾਬ ਨਾਲ ਇਦਾਂ ਲ ਸਤਰਾਦਾ ਤੇ ਸੜਕ ਦੇ ਹਿਸਾਬ ਨਾਲ ਇਹ ਦਿਲ ਟ੍ਰਾਫਿਕ ਉਹ ਤੇ ਟ੍ਰਾਫਿਕ ਦੇ ਸਾਹਮਣੇ ਵੇਖੋ ਜਦੋਂ ਤੁਸਾਂ ਗੱਡੀ ਚਲਾਣੀ ਏ ਵੇਖਣਾ ਟ੍ਰਾਫਿਕ ਕਿਸ ਤਰ੍ਹਾਂ ਦੀ ਓਸ ਹਿਸਾਬ ਨਾਲ ਗੱਡੀ ਚਲਾਣੀ ਏ ਸੜਕ ਕਿਸ ਤਰ੍ਹਾਂ ਦੀ ਏ ਓਸ ਹਿਸਾਬ ਨਾਲ ਗੱਡੀ ਚਲਾਣੀ ਮਤਲਬ ਸੜਕ ਖਰਾਬ ਏ ਸਲਿੱਪਰੀ ਏ ਇਹਨਾਂ ਸਾਰੀਆਂ ਚੀਜ਼ਾਂ ਨੂੰ ਵੇਖਣਾ ਹੁੰਦਾ ਠੀਕ ਹੈ ਅੱਛਾ ਜੀ ਇੱਥੇ ਆ ਗਿਆ ਲਫ਼ਜ਼ ਕੌਸਟਿਟੂਇਰ ਕੌਸਟਿਟੂਇਰ ਮਤਲਬ ਬਣਾਉਣਾ ਤੇ Sempre vero, 4 falsone. Dare sempre limiti. Dare sempre limiti. Limiti nel doveri vari falso onda, Dusra... ok? caratteristiche. Sempre vero, 3 falsi. E una 130, no? Dostra onda unde... ویٹاؤ تو نہ تیسرا ਹੁੰਦਾ ਹੈ پیریوڈینا ਠੀਕ ਹੈ ਜੀ ਦੂਸਰਾ ਸਵਾਲ ਜੀ ਫਿਰ ਨਾਨ ਕਨਸਟੀਟਿਊਟਿਵੇ ਪੈਰੀਕੋਲੋ ਉਹ ਇੰਟਰਲ ਚੋ ਕਹਿੰਦਾ ਹੈ ਖਤਰਾ ਤੇ ਰਿਕਵਰਟ ਨਾ ਬਣਾਉਣ ਦੇ ਲਈ ਪਿਰਲਾ ਚਰਕਲਾ ਸਿ ਉਹਨੇ چلنے ਦੇ ਵਿੱਚ ਮਤਲਬ ਟ੍ਰੈਫਿਕ ਵਿੱਚ ਟ੍ਰੈਫਿਕ ਦੇ ਚਲਣੇ ਵਾਸਤੇ ਖਤਰਾ ਨਾ ਬਣਾਉਣ ਦੇ ਲਈ ਇਹ ਨੱਚੇ ਸਾਰੀਓ ਜ਼ਰੂਰੀ ਹੈ ਉਜ਼ਰਵਾਰੇ ਨੌਨ ਸੋਲੋ ਲੇਨੋਰ ਮੇ ਫਿਰ ਕਹਿੰਦਾ ਇਹਦੇ ਬਾਅਦ ਜ਼ਰੂਰੀ ਹੈ ਕਿ ਨੌਨ ਉਜ਼ਰਵਾਰੇ ਨੌਨ ਸੋਲੋ ਲੇਨੋਰ ਮੇ ਵੇ ਸਿਰਫ ਲੇਜੇ ਕਾਨੂੰਨ ਤੇ ਯਮਲ ਨਹੀਂ ਕਰਨਾ ਸੂਲਾ ਚਰਕੂਲਾਸਿਓਨ ਜਿਹੜੇ ਚੱਲਨੇ ਵਾਲੇ ਨੇ ਮਾਂ ਅੰਕੇ ਲੇ ਕਾਉ ਤੇਲੇ ਕਹਿੰਦਾ ਅੰਕੇ ਇhtiyat ਵੀ ਕਰਨੀ ਹੈ ਦਾਤੇ ਦਿਲ ਬੋਂਸੈਨਸ ਮਤਲਬ ਤੁਸੀਂ ਆਪਣੀ ਜਿਹੜੀ ਸੈਂਸ ਹੁੰਦੀ ਹੈ ਉਹ ਵੀ ਯੂਜ਼ ਕਰਨੀ ਹੈ ਵੇਰੋ ਜੀ ਮਸਲਨ ਸਿਰਫ ਇਹ ਨਹੀਂ ਵੇਖਣਾ ਹੁੰਦਾ ਕਿ ਇਹ ਕਾਨੂੰਨ ਹੈ ਤੇ ਇਹਦੇ ਦੀ ਅਸਾਮਲ ਕਰਨਾ ਹੈ ਕਈ ਦਫਾ ਹੁੰਦਾ ਹੈ ਕਿ ਬੰਦੇ ਨੂੰ ਆਪਣੀ ਸੈਂਸ ਵੀ ਯੂਜ਼ ਕਰਨੀ ਪਈ ਮਸਲਨ ਪਹਿਲ ਸਾਡੀ ਹੈ ਦੂਸਰੀ ਗੱਡੀ ਜਿਹੜੀ ਹੈ ਉਹਨੇ ਸਾਨੂੰ ਪਹਿਲ ਦੇਣੀ ਹੈ ਲੇਕਿਨ ਉਹ ਸਾਨੂੰ ਗੱਡੀ ਪਹਿਲ ਨਹੀਂ ਦਿੰਦੀ ਹੁਣ ਇੱਥੇ ਫਿਰ ਅਸੀਂ ਆਪਣੀ ਸੈਂਸ ਯੂਜ਼ ਕਰਾਂਗੇ ਅਗਰ ਉਹਨੇ ਪਹਿਲ ਨਹੀਂ ਦਿੱਤੀ ਤਾਂ ਅਸੀਂ ਰੁਕ ਜਾਵਾਂਗੇ ਠੀਕ ਹੈ ਇਹ ਨਹੀਂ ਕਰਨਾ ਵੀ ਸਾਡੀ ਪਹਿਲ ਤੇ ਅਸੀਂ ਹਰ ਸੂਰਤ ਗੁਜ਼ਰ ਨਹੀਂ ਗੁਜ਼ਰਨਾ ਇਸ ਵਾਸਤੇ ਗੱਡੀ ਚਲਾਣੇ ਆ ਆਪਣੀ ਸੈਂਸ ਨੂੰ ਯੂਜ਼ ਕਰਨੀ ਹੁੰਦੀ ਹੈ ਉਹਦਾ ਮਤਲਬ ਐਵੇਂ ਠੀਕ ਹੈ ਜੀ ਅੱਛਾ ਜੀ ਉਸਰਵਾਰੇ ਉਸਰਵਾਰੇ ਮਤਲਬ ਅਮਲ ਕਰਨਾ ਸੈਂਪਰੇਵੇਰੋ ਤੇ ਦੋ ਫਾਲਸੋ ਨੇ ਦੋਵੇਂ ਵਾਰੀ ਲਿਮਿਟੇ ਨਾਲ ਹੁੰਦਾ ਹੈ ਠੀਕ ਹੈ ਜੀ ਤੇ ਕਾਉਤੇਲੀ ਆਏ ਹੈ احتیاط ਸਾਵਧਾਨੀ ਸੈਂਪਰੇਵੇਰੋ ਇੱਕ ਫਾਲਸੋ ਕੋਰੋਨੋਨਾ ਠੀਕ ਹੈ ਜੀ ਤੀਸਰਾ ਹਾਂਜੀ ਉੱਤੇ ਕੋਸਤ ਤਵੀਰੇ ਵੀ ਆਏ ਆ ਕੋਸਤ ਤਵੀਰੇ ਸਾਰੇ ਪੇਜ ਵਿੱਚ ਹੀ ਆਏ ਆ ਇਹ ਪੂਰਾ ਪੇਜ ਜਿਹੜਾ ਇਹ ਕੋਸਤ ਤਵੀਰੇ ਲਫਜ਼ ਜਿਹੜਾ ਇਹ ਕਲੀਅਰ ਕਰਵਾ ਦਿੰਦਾ ਫਿਰ ਨੌਨ ਕੋਸਤ ਤਵੀਰੇ ਪੈਰੀ ਕੋਲੋਂ ਉਹ ਇੰਤਰਾਲ ਚੋਂ ਕਹਿੰਦਾ ਖਤਰਾ ਤੇ ਰਿਕਾਵਟ ਨਾ ਬਣਾਉਣੇ ਵਾਸਤੇ ਫਿਰ ਲੱਚੇ ਕੋਲੋਂ ਸਿਓ ਨੇ ਟ੍ਰੈਫਿਕ ਦੇ ਲਈ ਇਹਨਾਂ ਚ ਸਾਰੀਓ ਜ਼ਰੂਰੀ ਉਨੀਰੇ ਅਲਾ ਐਪਲੀਕਾਸਿਓਨੇ 델ੇ ਫੋਂਡਾਮੈਂਟਾਲੀ ਨੋਰਮੇ ਵੇ ਜਿਹੜੇ ਨੋਰਮੇ ਕਾਨੂੰਨ ਬਣਾਏ ਗਏ ਨੇ ਸੂਲਾ ਸਰਕੂਲਸਿਓ ਨੇ ਚੱਲਣ ਦੇ ਉਹਨਾਂ ਤੇ ਅਮਲ ਕਰਨਾ ਹੈ ਉਹਨ ਫੋਰਤੇ ਸੈਨ ਸੋਚੀ ਵੀ ਕੋ ਇੱਕ ਫੋਰਤੇ ਸੈਨ ਸੋਚੀ ਵੀ ਕੋ ਮਤਲਬ ਇੱਕ ਅੱਛਾ ਸ਼ਹਿਰੀ ਬਣਨਾ ਹੈ ਉਹਨਾਂ ਦੇ ਉੱਤੇ ਅਮਲ ਕਰਕੇ ਜਿਹੜੇ ਉਹਨਾਂ ਦੇ ਹੱਕ ਨੇ ਬੰਦਿਆਂ ਨੂੰ ਉਹ ਦੇ ਕੇ ਵੇਰੋ ਜੀ ਚੌਥਾ ਹਾਂਜੀ ਬਾਕੀ ਇਹ ਕੋ ਸਤਵੀਰੇ ਉੱਤੇ ਬਾ ਆਉਣ ਦਾ ਸਾਰੇ ਪੇਜ ਵਿੱਚ ਆਇਆ ਹੈ ਬਾਰ ਬਾਰ ਦੱਸਣ ਦੀ ਜ਼ਰੂਰਤ ਨਹੀਂ ਫਿਰ ਨੌਨ ਕੋਸਤਤਵੀਰੇ ਪੈਰੀ ਕੋ ਲੋ ਉਹ ਇਕਰਾਲਚੋ ਕਹਿੰਦਾ ਖਤਰਾ ਤੇ ਰਿਕਵਟ ਨਾ ਬਣਾਉਣੇ ਵਾਸਤੇ ਫਿਰ ਲਚਰ ਸਰਕੂਲੇਸ਼ਨੇ ਟ੍ਰੈਫਿਕ ਦੇ ਲਈ ਇਹਨਾਂ ਚ ਸਾਰੀ ਉਹ ਜ਼ਰੂਰੀਏ ਲਿਮਿਟਾਰਸੀ ਅਦ ਉਜ਼ਰਵਾਰੇ ਵਈ ਤੁਸੀਂ ਜਿਹੜਾ ਅਮਲ ਕਰਨਾ ਹੈ ਉਹਨੂੰ ਲਿਮਿਟਾਰਸੀ ਕਰ ਲੋ ਨੂੰ ਮਹਦੂਦ ਕਰ ਲੋ ਘਟ ਕਰ ਲੋ ਈ ਲਿਮਿਤੀ ਮੈਸੀਮਿਦੀ ਵਲੋਚਤਾ ਮੈਕਸਿਮਮ ਸਪੀਡ ਲਿਮਿਟ ਤੱਕ ਜਿਹੜਾ ਹੈ ਉਹਨੂੰ ਘਟ ਕਰ ਲਵੋ ਮਤਲਬ ਉਹਦੇ ਕਹਿਣ ਦਾ ਹੈ ਕਿ ਸਿਰਫ ਜਿਹੜੀ ਮੈਕਸਿਮਮ ਸਪੀਡ ਹੈ ਉਹਨੂੰ ਵੇਖਣਾ ਹੈ ਫਾਲਸੋ ਜੀ ਸਿਰਫ ਇੱਕ ਚੀਜ਼ ਨਹੀਂ ਵੇਖਣੀ ਹੁੰਦੀ ਸਾਰੀਆਂ ਚੀਜ਼ਾਂ ਬਾਕੀ ਵੇਖਣੀਆਂ ਨੇ ਠੀਕ ਹੈ ਜੀ ਇਹ ਉਹ ਸਰਵਾਰੇ ਆ ਗਿਆ ਹੈ ਸੈਂਪਰੇ ਵੇਰੋ ਦੋ ਫਾਲਸੋ ਦੋਵੇਂ ਵਾਰੀ ਲੀ ਮੀਤੀ ਨਾਲ ਆਉਂਦਾ ਹੈ ਇਹ ਇੱਕ ਵਾਰੀ ਇੱਥੇ ਆ ਗਿਆ ਇੱਕ ਵਾਰੀ ਜਾਂ ਇੱਥੇ ਜਾਂ ਜਾਂ ਕਿਧਰ ਅੱਗੇ ਆ ਜਾਏਗਾ ਠੀਕ ਹੈ ਹਾਂ ਜੀ ਬਾਕੀ ਇਹ ਕੁਸਤ ਤਵੀਰੇ ਨਾਲ ਵੀ ਆ ਗਿਆ ਕੁਸਤ ਤਵੀਰੇ ਦੱਸਿਆ ਸੀ ਸੈਂਪਰੇ ਵੇਰੋ ਤੇ ਚਾਰ ਫਾਲਸੋ ਨੇ ਇੱਕ ਦਾਰੇ ਨਾਲ ਦੂਸਰਾ ਸੈਂਪਰੇ ਨਾਲ ਤੇ ਤੀਸਰਾ ਤੇ ਚੌਥਾ ਇਹਦਾ ਲਿਮਿਟ ਹੀ ਨਾਲ ਮਤਲਬ ਦੋ ਵਾਰੀ ਇਹ ਵੀ ਲਿਮਿਟ ਹੀ ਨਾਲ ਹੁੰਦਾ ਹੈ ਇਹ ਇੱਕ ਵਾਰੀ ਇਹਦੇ ਨਾਲ ਵੀ ਆ ਗਿਆ ਫਿਰ ਨੌਨ ਕੋਸ ਤਤਵੀਰੇ ਪੈਰੀ ਕੋ ਲੋ ਇਲਤਰਾਲ ਚੋ ਤੇ ਖਤਰਾ ਤੇ ਰਿਕਾਵਟ ਨਾ ਬਣਾਉਣੇ ਵਾਸਤੇ ਪਹਿਲਾ ਸਰਕੂਲੇਸ਼ਨ ਨੂੰ ਟ੍ਰੈਫਿਕ ਦੇ ਲਈ ਇਹਨਾਂ ਚ ਸਾਰੀਓ ਜ਼ਰੂਰੀ ਏ ਪਰੋਚੇ ਦੇ ਰੇ ਚਲਣਾ ਸੈਂਪਰੇ ਆ ਵੇਲੋਚਿਤਾ ਕੋਸਟਾਂਤੇ ਕਹਿੰਦੇ ਲਗਾਤਾਰ ਇੱਕ ਸਪੀਡ ਤੇ ਚਲਣਾ ਜਿਹੜਾ ਉਹ ਜ਼ਰੂਰੀ ਏ ਤਾਕਤਾਂ ਤੇ ਰਿਕਾਵਟ ਨਾ ਬਣੇ ਫਾਲਸੋ ਸੈਂਪਰੇ ਤੇ ਨਹੀਂ ਤੁਸੀਂ ਇੱਕ ਸਪੀਡ ਤੇ ਚੱਲ ਸਕਦੇ ਵਿਲੋਚਿਤਾ ਕੋਸਟਾਂਟੇ ਲਗਾਤਾਰ ਇੱਕ ਸਪੀਡ ਠੀਕ ਹੈ ਜੀ ਫਾਲਸੋ ਅੱਛਾ ਜੀ ਇਹ ਇੱਕ ਕੋਸਤਤਵੀਰੇ ਆ ਗਿਆ ਤੇ ਇਹਦੇ ਨਾਲ ਦੂਸਰਾ ਲਫ਼ਜ਼ ਵੀ ਆ ਗਿਆ ਫਾਲਸੋ ਜਿਹੜਾ ਐਸ ਐਮਪਰੇ ਆਇਆ ਹੈ ਜੇਮਾ ਪਰ ਨਾਨ ਕੋਸਤਤਵੀਰੇ ਪੈਰੀ ਕੋਲੋ ਓਇਲ ਦਰਾਲ ਚੋ ਖਤਰਾਂ ਤੇ ਰਿਕਾਵਟ ਨਾ ਬਣਾਉਣ ਦੇ ਲਈ ਪਰਲਾ ਸਰਕੂਲੇਸ਼ਨੇ ਚੱਲਣ ਦੇ ਲਈ ਇਹ ਨੱਚੇ ਸਾਰੀਓ ਜ਼ਰੂਰੀ ਏ ਦਾਰੇ ਕਮੰਕੂ ਵੀ ਲਾ ਪ੍ਰੇਸੀਡੈਂਸ ਕਿੰਦਾ ਫੇਰ ਵੀ ਤੁਸਾ ਹੱਕ ਦੇਣਾ ਮਤਲਬ ਖਤਰਾ ਤੇ ਰਿਕਵਰਟ ਨਾ ਬਣੇ ਇਸ ਵਾਸਤੇ ਕਹਿੰਦਾ ਤੁਸਾ ਹੱਕ ਦੇਣਾ ਆ ਤੂਤੀ ਵਹੀਕੂਲੀ ਸਾਰੀਆਂ ਗੱਡੀਆਂ ਨੂੰ ਨੇਲੀਂ ਕਰੋਚੀ ਜਿਹੜੀਆਂ ਚੌਕ ਦੇ ਵਿੱਚ ਨੇ ਫਲਸੋਜੀ ਹੁਣ ਸਾਰੀਆਂ ਗੱਡੀਆਂ ਨਹੀਂ ਚਲਦੀਆਂ ਰਪੀਆ ਚੌਕ ਦੇ ਚ ਉਹਨਾਂ ਨੂੰ ਹੱਕ ਦੇਣਾ ਤੇ ਨਹੀਂ ਬੰਦਾ ਪੂਰਾ ਹੁੰਦਾ ਇਸ ਵਾਸਤੇ ਦਾ ਹੱਕ ਬਣਦਾ ਹੁੰਦਾ ਉਹਨੂੰ ਹੀ ਦੇਣਾ ਹੁੰਦਾ ਸਤਵਾਂ ਅੱਛਾ ਹਾਂਜੀ ਕੋਸਤ ਤਵੀਰ ਫੇਰ ਆ ਗਿਆ ਤੇ ਇਹਦੇ ਨਾਲ ਤੀਸਰਾ ਲਫ਼ਜ਼ ਵੀ ਆ ਗਿਆ ਦਾਰੇ ਇਹਦੇ ਨਾਲ ਫਾਲਸ ਹੋਇਆ ਠੀਕ ਹੈ ਜੀ ਸੈਂਪਰੇ ਦਾਰੇ ਤੇ ਲਿਮਿਟੀ ਨਾਲ ਇਹ ਫਾਲਸ ਹੁੰਦਾ ਫਿਰ ਨਨ ਕਨਸਟਿਟੂਏ ਪੈਰੀਕੋਲੋ ਇੰਟਰਾਲ ਚੋ ਖਤਰਾ ਤੇ ਰਿਕਾਵਟ ਨਾਮ ਬਣਾਉਣੇ ਵਾਸਤੇ ਪਹਿਲਾ ਸਰਕੂਲੇਸ਼ਨ ਤੇ ਟ੍ਰੈਫਿਕ ਦੇ ਲਈ ਇਹ ਨੱਚੇ ਸਾਰੀਓ ਜ਼ਰੂਰੀ ਏ ਲਿਮਿਟਾਰਸੀ ਅਦ ਉਜ਼ਿਰਵਾਰ ਹੈ ਕਿਹੜਾ ਤੁਸੀਂ ਅਮਲ ਕਰਨਾ ਵੇ ਉਹਨੂੰ ਲਿਮਿਟਾਰਸੀ ਕਰ ਲੋ ਘਾਟ ਕਰ ਲੋ ਮਤਲਬ ਜਿਹੜਾ ਅਮਲ ਕਰਨ ਵਾਲੇ ਚੀਜ਼ਾਂ ਨੂੰ ਕਟਾ ਲਵੋ ਕਿਥੋਂ ਤੱਕ ਇਲੀਮਿਟੀ ਮਿਨੀਮੀ ਦੀ ਵੈਲੋਸੀਟੀ ਵੈ ਜਿਹੜੀ ਮਿਨੀਮਮ ਸਪੀਡ ਲਿਮਿਟ ਹੈ ਉਹਦੇ ਤੱਕ ਮਤਲਬ ਵੈ ਸਿਰਫ ਤੁਸੀਂ ਲਿਮ ਜਿਹੜੀ ਮਿਨੀਮਮ ਸਪੀਡ ਲਿਮਿਟ ਉਹਨੂੰ ਵੇਖ ਲਵੋ ਸਿਰਫ ਉਹਦੇ ਤੇ ਅਮਲ ਕਰ ਲਵੋ ਫਾਲਸ ਹੋ ਜੀ ਸਿਰਫ ਇੱਕ ਹੀ ਚੀਜ਼ ਨਹੀਂ ਹੁੰਦੀ ਦੱਸਿਆ ਸੀ ਕਿ ਬਾਕੀ ਚੀਜ਼ਾਂ ਵੀ ਨੇ ਠੀਕ ਹੈ ਐ ਜੀ ਕੁਸਤ ਤਸਵੀਰੇ ਨਾਲ ਲਿਮਿਟ ਹੀ ਫੇਰ ਆ ਗਿਆ ਤੇ ਐ ਉਹ ਜ਼ਰਵਾਰੇ ਨਾਲ ਵੀ ਦੂਸਰੀ ਵਾਰੀ ਆ ਗਿਆ ਠੀਕ ਹੈ अच्छा जी 591 591 अच्छा जी ਇਥੇ ਗੱਲ ਕਰਨ ਲੱਗਾ ਹੈ ਕੁਸਤਿਰਨਤਾ ਚੋਂ ਠੀਕ ਹੈ ਜੋ ਉਸੇ ਤਰ੍ਹਾਂ ਦੇ ਇਹ ਉਹੀ ਚੀਜ਼ਾਂ ਜਿਹੜੀਆਂ ਪੜੀਂਗਣਗੇ ਇਹ ਵੀ ਇਹ ਤਾਹ ਤੋਂ ਕਹਿੰਦਾ ਮਨ ਇਨਕਵਾਂ ਤੋ ਕਨਸਟਿਟੂਇਸ਼ੇ ਪੈਰੀ ਕੋਲੋ ਕਿਉਂਕਿ ਖਤਰਾ ਬਣਾਉਂਦਾ ਹੈ ਉੰਤਰਾਜ ਚੋਂ ਤੇ ਰੁਕਾਵਟ ਬਣਾਉਂਦਾ ਹੈ ਪੇਰ ਲਾ ਸਰਕੂਲੇਸ਼ਨ ਤੇ ਟ੍ਰੈਫਿਕ ਦੇ ਲਈ ਕਿਹੜੀ ਚੀਜ਼ ਮਨੇ ਤਨੇਰੇ ਸੁਲਮਾਰ ਜੀ ਨੇ ਸਨੀਸਤਰਾ ਦਾ ਕਰੇ ਜਾਤਾ ਕਰੇ ਜਾਤੇ ਦੇ ਖੱਬੇ ਕਿਨਾਰੇ ਤੇ ਰਹਿਣਾ ਫਿਰ ਜੋਲਤਾਰੇ ਮੁੜਨੇ ਦੇ ਲਈ ਇਨ ਉਨਾ ਸਤਰਾ ਦਾ ਅਦੇਸਤਰਾ ਦੀ ਸੱਜੀ ਸਾਈਡ ਤੇ ਸੜਕੇ ਉਹਦੇ ਵਿੱਚ ਵੇਰੋ ਜੀ ਅਗਰ ਫਾਰ ਐਗਜ਼ੈਂਪਲ ਐਸ ਤਰ੍ਹਾਂ ਸੜਕੇ ਐ ਇਧਰ ਨੂੰ ਜਾ ਰਹੀ ਏ ਠੀਕ ਹੈ ਕਹਿੰਦਾ ਹੈ ਕਿ ਸੱਜੀ ਸਾਈਡ ਤੇ ਸੜਕੇ ਉਹਦੇ ਵਿੱਚ ਮੁੜਨਾ ਵੀ ਤੁਸੀਂ ਤੇ ਖੱਬੀ ਸਾਈਡ ਤੇ ਰਹਿਣਾ ਜਿਹੜਾ ਵੇ ਉਹ ਖਤਰਾ ਬਣਾਏਦਾ ਮਸਲਨ ਤੁਸੀਂ ਹੁਣ ਖੱਬੀ ਸਾਈਡ ਤੇ ਹੋ ਇੱਥੋਂ ਤੁਸੀਂ ਸੱਜੀ ਸਾਈਡ ਤੇ ਮੁੜਨਾ ਹੈ ਤੇ ਇਹ ਚੀਜ਼ ਖਤਰਨਾਕ ਹੈ ਅਗਰ ਸੱਜੇ ਮੁੜਨਾ ਤਾਂ ਫਿਰ ਇੱਥੇ ਆ ਜਾਵੋ ਨਾ ਠੀਕ ਹੈ ਤਨੇਰ ਸੀ ਹੁੰਦਾ ਰਹਿਣਾ ਤਨੇਰ ਸੀ ਰਹਿਣਾ ਸੁਲਮਾਰ ਜੀ ਨੇ ਸਨੀ ਸਤੋਤਲਾ ਕਰੇ ਜਾਤਾ ਕਰ ਜਾਤੇ ਤੇ ਖੱਬੇ ਕਿਨਾਰੇ ਤੇ ਪਿਰ ਜ਼ੋਲਤਾਰੇ ਇਨ ਉਨਸਤਰਾ ਦਾ ਅਦੇਸਤਰਾ ਜਿਹੜੀ ਸੱਜੀ ਸਾਈਡ ਤੇ ਸਾਡਾ ਕਿ ਉਹਦੇ ਵਿੱਚ ਮੁੜਨੇ ਵਾਸਤੇ ਵੇ ਲੋ ਜੀ ਇਹ ਚੀਜ਼ ਖਤਰਾ ਬਣਾਵੇ ਦੀ ਇਹ ਚੀਜ਼ ਮਨ ਹੈ ਆਵੇ ਕੋ ਸ਼ੁਰੂ ਚ ਵੀ ਇਹਤਾ ਤੋ ਸਲਾਬੀ ਇਹਤਾ ਤੋ ਮਤਲਬ ਮਨਾ ਦੂਸਰਾ ਇਹ ਵੀ ਇਹਤਾ ਤੋ ਕਹਿੰਦੇ ਮਨਾਵੇਂ ਇਨ ਕਵਾਨ ਤੋ ਕਨਸਟਿਟੂਿਸ਼ਨ ਪੈਰੀ ਕੋ ਲੋ ਕਿਉਂਕਿ ਖਤਰਾ ਬਣਾਉਂਦਾ ਹੈ ਉਹ ਇਨਤਰਾਲ ਚ ਉਹ ਤੇ ਰਿਕਾਵਟ ਬਣਾਉਂਦਾ ਹੈ ਫਿਰ ਲਾ ਚਰਕੂਲੇਸ਼ਨ ਨੇ ਟ੍ਰੈਫਿਕ ਦੇ ਲਈ ਕਿਹੜੀ ਚੀਜ਼ ਮਨਾਏ ਸੋਸਤਾ ਰ ਸੋਸਤਾ ਕਰਨਾ ਸੂਈ ਬਿਨਾਰੀ ਤ੍ਰਮ ਵਿਆਰੀ ਟਰੰਮ ਦੀਆਂ ਪਟੜੀਆਂ ਦੇ ਉੱਤੇ ਫਿਰ ਉਹ ਈ ਟਰੰਮ ਦੀ ਪਟੜੀ ਹੁੰਦੀ ਹੈ ਉਹਦੇ ਤੇ ਫਿਰ ਮਤ ਸੋਸਤਾ ਨਹੀਂ ਕਰ ਸਕਦੇ ਇਹ ਚੀਜ਼ ਮਨਾਏ ਕਿਉਂ ਮਨਾ ਕੀਤਾ ਗਿਆ ਕਿਉਂਕਿ ਇਹਦੇ ਨਾਲ ਖਤਰਾ ਬਣਦਾ ਤੇ ਰਿਕਾਵਟ ਬਣਦੀ ਟ੍ਰੈਫਿਕ ਵਿੱਚ ਕੋਸਟਿਟਿਊਸ਼ਨ ਮਤਲਬ ਹੀ ਬਣਾਣਾ ਹੀ ਹੈ ਜਿਹੜੀ ਪਿੱਛੇ ਵਰਬ ਕੋਸਟਤਵੀਰ ਪੜੀ ਹੈ ਤੇ ਹੁਣ ਇਹ ਨਹੀਂ ਸਮਝਣਾ ਕਿ ਇਹਦਾ ਮਤਲਬ ਸੇਮ ਹੈ ਭਈ ਕੋਸਟਤਵੀਸ਼ੇ ਤੇ ਕੋਸਟਤਵੀਰੇ ਮਤਲਬ ਸੇਮ ਹੈ ਤੇ ਇਹ ਵੀ ਵੇਰੋ ਫਾਲਸੋ ਸੇਮ ਹੀ ਉਹਦੇ ਆਪਸਾਬ ਹੋਵੇਗਾ ਇਹਨਾਂ ਚੀਜ਼ਾਂ ਦਾ ਧਿਆਨ ਰੱਖਣਾ ਹੈ ਤੀਸਰਾ ਐ ਵੀ ਇਹ ਤਾਂ ਤੋ ਕਹਿੰਦਾ ਮਨ ਇਨਕਵਾਂਟੋ ਕੋਸਟਿਟੁਈਸ਼ੇ ਪੈਰੀਕੋਲੋ ਇੰਟਰਾਲਚੋ ਕਿਉਂਕਿ ਖਤਰਾ ਤੇ ਰਿਕਵਰ ਬਣਾਉਂਦਾ ਹੈ ਪੇਰ ਲਚਰਕਾਸਿਓ ਨੇ ਚੱਲਣ ਦੇ ਲਈ ਐਫੇਤਵਾਰੇ ਉਨ ਕੰਬੀਅਮੈਂਟੋ ਦੀ ਡਾਇਰੈਕਸ਼ਨ ਰੀਐਕਸ਼ਨ ਦੀ ਚੇਂਜਿੰਗ ਕਰਨਾ ਸੈਂਸਰ ਸਿੰਗਲਾਰੇ ਬਿਨਾ ਨਿਸ਼ਾਨਦੇਹੀ ਕਰਨੇ ਤੂੰ ਲਾ ਮਨੋਵਰਾ ਕੌਨ ਸੁਫਿਸ਼ੈਂਤੇ ਐਂਟੀਚਿਪੋ ਵੇ ਜੇੜਾ ਤੁਸੀਂ ਮਨੋਵਰਾ ਕਰਨਾ ਹੈ ਮਤਲਬ ਸਰ ਗੱਡੀ ਮੋੜ ਨਹੀਂ ਜੇ ਇਹਦਾ ਬਿਨਾ ਦੱਸਣੇ ਤੂੰ ਚੇਂਜਿੰਗ ਕਰਨਾ ਕੁਰਸੀਏ ਦੀ ਜਾਂ ਡਾਇਰੈਕਸ਼ਨ ਦੀ ਕਹਿੰਦਾ ਇਹ ਚੀਜ਼ ਮਨਾ ਹੈ ਕਿਉਂਕਿ ਖਤਰਾ ਬਣਾਉਂਦਾ ਵੇਰੋ ਕਿਉਂਕਿ ਜਦੋਂ ਵੀ ਆਪਣੀ ਡਾਇਰੈਕਸ਼ਨ ਚੇਂਜ ਕਰੀ ਦੀਏ ਸਿਗਨਲ ਆਰੇ ਕਰੀਦਾ ਹੈ ਸਿਗਨਲ ਆਰੇ ਕਿਵੇਂ ਕਰੀਦਾ ਇਸ਼ਾਰਾ ਲੱਗ ਕਰੀਦਾ ਠੀਕ ਹੈ ਅੱਛਾ ਜੀ ਇਹਦੇ ਵਿੱਚ ਲਫ਼ਜ਼ ਆਇਆ ਹੈ ਅੰਤੀ ਚੀਪੋ ਮਤਲਬ ਪਹਿਲਾਂ ਸੈਂਪਰੇਵੇਰੋ 244 ਸੁਫੀਚਾਂਟੇ ਦਾ ਮਤਲਬ ਹੁੰਦਾ ਹੈ ਕਾਫੀ ਪਹਿਲਾਂ ਸਿਗਨਲ ਆਰੇ ਅੱਗੇ ਵੀ ਕਾਫੀ ਦਫਾ ਦੱਸਿਆ ਸਿਗਨਲ ਆਰੇ ਦਾ ਮਤਲਬ ਹੈ ਨਿਸ਼ਾਨ ਦੇਈ ਕਰਨਾ ਤੇ ਜਦੋਂ ਡਾਇਰੈਕਸ਼ਨ ਚੇਂਜ ਕਰੀਏ ਤੇ ਕਿਸ ਤਰ੍ਹਾਂ ਨਿਸ਼ਾਨ ਦੀ ਕਰੀ ਦੀ ਮੈਂ ਮੋੜਨ ਲਗਾ ਮੈਂ ਗੱਡੀ ਮੋੜਨ ਲਗਾ ਇਸ਼ਾਰਾ ਲਾ ਕਰੀ ਦੀ ਠੀਕ ਹੋ ਗਿਆ ਇੰਤਰਾਲਚੋ ਮਤਲਬ ਰੁਕਾਵਟ ਪੈਰੀ ਕੋ ਲੋ ਖਤਰਾ ਕੁਸਤਤਵੀਸ਼ੇ ਬਣਾਣਾ ਐਫ ਐਤਵਾਰੇ ਕਰਨਾ ਕੰਬ ਜਾਂ ਮਿਹਨਤੋ ਚੇਂਜਿੰਗ ਡਾਇਰੈਕਸ਼ਨ ਡਾਇਰੈਕਸ਼ਨ ਚੌਥਾ ਇਹ ਵੀ ਇਹ ਤਾਂ ਤਾਂ ਕਹਿੰਦਾ ਮਨੈ ਇਨਕਵਾਂ ਤਾਂ ਕੁਸਤਤਵੀਸ਼ੇ ਪੈਰੀ ਕੋ ਕਿਉਂਕ ਖਤਰਾ ਬਣਾਉਂਦਾ ਹੈ ਉਤਰਾਚੋ ਤਾਂ ਰਿਕਾਵਟ ਬਣਾਉਂਦਾ ਹੈ ਫਿਰ ਲਾ ਸਰਕੂਲੇਸ਼ਨ ਤੇ ਟ੍ਰੈਫਿਕ ਦੇ ਲਈ ਗਰੇ ਜਾਰੀ ਨਿ ਬਲੋਚਿਤਾ ਰੇਸ ਲਾਣਾ ਵੇਰੋ ਜੀ ਰੇਸ ਲਾਣਾ ਮਨੈ ਗਰੇ ਜਾਰੀ ਰੇਸ ਲਾਣਾ ਪਹਿਲਾ ਇਹ ਵੀ ਇਹ ਤਾਂ ਤੋਂ ਮਨੈ ਇਨ ਕਵਾਂ ਤੋਂ ਕੋਸਟਿਟੂਇਸ਼ੇ ਪੈਰੀ ਕੋਲੋ ਕਿਉਂਕਿ ਖਤਰਾ ਬਣਾਉਂਦਾ ਇਨਤਰਾਲ ਚੋਂ ਤੇ ਰਿਕਵਰ ਬਣਾਉਂਦਾ ਪਿਰਲਾ ਚਿਰਕਲਸਿਓ ਨੇ ਚੱਲਣ ਦੇ ਲਈ ਚਿਰਕੁਲਾਰੇ ਬਲੋਚਿਤਾ ਟ੍ਰੋਪੋਬਾਸਾ ਮੈਂ ਜ਼ਿਆਦਾ ਘੱਟ ਸਪੀਡ ਤੇ ਚੱਲਣਾ ਸੈਂਸਾ ਜਸਟੀਫਿਕਾਤੋ ਮੋਤੀਵੋ ਬਿਨਾ ਕਿਸੇ ਵਜ੍ਹਾ ਕਾਰਨ ਤੋਂ ਕਹਿੰਦਾ ਸਲੋ ਸਪੀਡ ਤੇ ਚੱਲਣਾ ਮਨੈ ਕਿਉਂਕਿ ਖਤਰਾਂ ਤੇ ਰੁਕਾਵਟ ਬਣਾਉਂਦਾ ਵੇਰੋ ਹੁਣ ਤੁਸੀਂ ਸਲੋ ਚੱਲਦੇ ਹੋ ਬਾਕੀ ਗੱਡੀਆਂ ਤੇਜ਼ ਚੱਲਦੀਆਂ ਨੇ ਪਈਆਂ ਤੇ ਇਹ ਚੀਜ਼ ਖਤਰਨਾਕ ਹੁੰਦੀ ਏ ਬਈ ਇੱਕ ਗੱਡੀ ਸਲੋ ਚੱਲਦੀ ਬਾਕੀਆਂ ਤੇਜ਼ ਚੱਲ ਰਹੀਆਂ ਨੇ ਇਸ ਤਰ੍ਹਾਂ ਐਕਸੀਡੈਂਟ ਦੇ ਚਾਂਸ ਵੱਧ ਜਾਂਦੇ ਨੇ ਜਸਟੀਫିକਾਟੋ ਮੋਟਿਵ ਮਤਲਬ ਕੋਈ ਸਹੀ ਵਜ੍ਹਾ ਕਾਰਨ ਛੇਵਾ ਐਵੀਟਾਟੋ ਮਨਾਵੇ ਇਨਕਵਾਂਤੋ ਕੋਸਤੁਈਸ਼ੇ ਪੈਰੀਕੋਲੋ ਕਿਉਂਕੋ ਖਤਰਾ ਬਣਾਉਂਦਾ ਹੈ ਉਨਤਰਾ ਚੋ ਤੇ ਰਿਕਾਵਟ ਪੇਰ ਲਾ ਚਿਰਕੁਲਾਸਿਓਨੇ ਟ੍ਰੈਫਿਕ ਦੇ ਲਈ ਇਮੈਤਟਰਸੀਨਿਏਲ ਫਲੂਸੋ ਦਲਾ ਚਿਰਕੁਲਾਸਿਓਨੇ ਕਹਿੰਦਾ ਟ੍ਰੈਫਿਕ ਦੇ ਫਲੋ ਵਿੱਚ ਐਂਟਰ ਹੋਣਾ ਮਨਾਵੇਂ ਕਿਉਂਕਿ ਖਤਰਾ ਤੇ ਰਿਕਾਵਟ ਬਣਾਉਂਦਾ ਹੈ ਪ੍ਰੋਵਿਨਿਐਂਡੋ ਦਾ ਸਟਰਾਦੇ ਲਾਟਰਾਲੇ ਜੇ ਤੁਸੀਂ ਸਾਈਡਾਂ ਵਾਲੀ ਸੜਕਾਂ ਤੋਂ ਆਉਂਦੇ ਹੋ ਤੇ ਫਾਲਸੋ ਹੁਣ ਸਾਈਡਾਂ ਵਾਲੀ ਸੜਕਾਂ ਤੋਂ ਆਉਂਦੇ ਹੋ ਤੇ ਤੁਸੀਂ ਮੇਨ ਸੜਕ ਤੇ ਅਗਰ ਐਂਟਰ ਹੋਣਾ ਤਾਂ ਫਿਰ ਜ਼ੈਰੀਕਲ ਹੋਣਾ ਹੈ ਹੁਣ ਇਹ ਚੀਜ਼ ਮਨਾਤ ਨਹੀਂ ਹੋ ਸਕਦੀ ਠੀਕ ਹੈ ਫਾਲਸੋ ਏਵੀਅਤਾ ਤੋਂ ਮਨਾਵੇਂ ਇਨਕਵਾਂਤੋ ਕੋਸਟੁਈਸ਼ੇ ਕਿਉਂਕਿ ਬਣਾੰਦਾ ਪੈਰੀਕਲੋ ਉਹ ਇਲਤਰਾਚੋ ਖਤਰਾ ਤਰਕਾਵਟ ਬਣਾੰਦਾ ਹੈ ਪੇਰ ਲਾਚਰਕੁਲਾਸਿਓਨੇ ਟ੍ਰੈਫਿਕ ਦੇ ਲਈ ਰੈਗੂਲਾਰੇ ਲਾ ਵੈਲੋਚਿਤਾ ਸਪੀਡ ਨੂੰ ਐਡਜਸਟ ਕਰਨਾ ਕਹਿੰਦਾ ਮਨਾ ਕਿਉਂ ਖਤਰਾ ਬਣਾੰਦਾ ਹੈ ਇਨਰਲੇਸਿਓਨੇ ਹਿਸਾਬ ਨਾਲ ਆਲੇ ਕਰਾਤ੍ਰੀਸਟੀਕੇ ਖਸਈਤ ਖੂਬੀ ਦੇ ਇੱਕ ਕੋਂਡੀਸਿਓਨੇ ਦਲਾ ਸਟਰਾਡੇ ਤਸੜਕ ਦੀ ਆਲੇ ਦੇ ਹਿਸਾਬ ਨਾਲ ਕਹਿੰਦਾ ਸਪੀਡ ਨੂੰ ਐਡਜਸਟ ਕਰਨਾ ਮਨਾਵੇਂ ਫਾਲਸੋ ਜੀ ਸਪੀਡ ਐਡਜਸਟ ਹੁੰਦੀ ਹੈ ਹਿਸਾਬ ਨਾਲ ਟ੍ਰੈਫਿਕ ਕਿੰਨੀ ਹੈ ਸੜਕ ਕਿਸ ਤਰ੍ਹਾਂ ਦੀ ਹੈ ਸਾਡੀ ਗੱਡੀ ਦੀ ਹਰਤ ਕਿਸ ਤਰ੍ਹਾਂ ਦੀ ਹੈ ਇਹ ਸਾਰੀਆਂ ਚੀਜ਼ਾਂ ਵੇਖਣੀ ਆਉਂਦੀਆਂ ਨੇ ਉਹ ਸਾਬ ਨਾਲ ਸਪੀਡ ਨੂੰ ਰੈਗੂਲਰ ਰੇ ਕਰਨਾ ਆਉਂਦਾ ਹੈ ਅੱਛਾ ਜੀ ਇਹ ਆ ਗਿਆ ਹੈ ਕਰਾਟ੍ਰਿਸਟਿਕੇ ਦੱਸਿਆ ਸੀ ਕਿ ਸੈਂਪਰੇਵੇਰੋ ਤੇ ਤਿੰਨ ਫਲਸੋ ਨੇ 130 ਵਿਏਟਾਤੋ ਤੇ ਪੇਰੀਓਡੀ ਨਾਲ ਇੱਥੇ ਵਿਏਟਾਤੋ ਨਾਲ ਆ ਗਿਆ ਜੀ ਫਲਸੋ ਸਹੀ ਹੈ ਜੀ ਅੱਠਵਾਂ ਏ ਵੀ ਇਹ ਤਾਂ ਤੋਂ ਮਨਾਵੇਂ ਇਨ ਕਵਾਂ ਤਾਂ ਕੁਸਤਤਵੀ ਸ਼ੇ ਪੈਰੀ ਕੋ ਲੋ ਕਿਉਂਕ ਖਤਰਾ ਬਣਾਉਂਦਾ ਹੈ ਉਂਤਰਾਲ ਚੋ ਤੇ ਰਿਕਾਵਟ ਫਿਰ ਲੇਜਰ ਕੁਲਸਿਓਨ ਤੇ ਟ੍ਰੈਫਿਕ ਤੇ ਚੱਲਨੇ ਦੇ ਲਈ ਫਿਰ ਮਾਰੇ ਮੂਮੈਂਟਲੀਆਂ ਮੈਂਟੇ ਉਨ ਵੇਹਿਕੋ ਲੋ ਕਹਿੰਦਾ ਗੱਡੀ ਨੂੰ ਰੋਕਣਾ ਲੂੰਗੋਇਲ ਮਾਰਜ ਨੇ ਦੇਸਤਰੋ ਦਿਉਨਾ ਕਰੇ ਜਾਤਾ ਕਰ ਜਾਤਾ ਤੇ ਸਜੈਕ ਨਰਤਿਆ ਸੈਂਸੋ ਉਨੀ ਕੋ ਜਿਹੜਾ ਹੋਵੇ ਫਾਲਸ ਹੋ ਜੀ ਕਹਿੰਦਾ ਜਿਹੜਾ ਕਰੇ ਜਾਤਾ ਸੈਂਸੋ ਉਨੀ ਕੋ ਹੈ ਉਹਦੇ ਸੱਜੇ ਕਿਨਾਰੇ ਤੇ ਗੱਡੀ ਨੂੰ ਥੋੜੀ ਦੇਰ ਵਾਸਤੇ ਰੋਕਣਾ ਮਨੇ ਕਿਉਂ ਕਿ ਖਤਰਾ ਤੇ ਰਿਕਵਰ ਬਣਾਉਂਦਾ ਹੈ ਫਾਲਸੋ ਜੀ ਤੁਸੀਂ ਰੋਕ ਸਕਦੇ ਹੋ ਸੱਜੀ ਸਾਈਡ ਤੇ ਫਿਰ ਮਾਤਾ ਕਰਨਾ ਹੋਵੇ ਕਰ ਸਕਦੇ ਹੋ ਲੇਕਿਨ ਵੇਖਣਾ ਹੁੰਦਾ ਕੋਈ ਨਿਸ਼ਾਨ ਤੇ ਨਹੀਂ ਉੱਥੇ ਲੱਗੇ ਆ ਮਨਾ ਕਰਨੇ ਵਾਲਾ ਉਹੀ ਨਾਰਮਲੀ ਕਰ ਸਕਦੇ ਹੋ ਮੋਮੈਂਟਾਨੀਆਮੈਂਟ ਇਹਦਾ ਮਤਲਬ ਹੈ ਥੋੜੀ ਦੇਰ ਕੇ ਲਈ ਥੋੜੀ ਦੇਰ ਵਾਸਤੇ ਠੀਕ ਹੈ ਜੀ ਔਰ ਸੈਂਪਰੇ ਫਾਲਸੋ ਤੇ ਇੱਕ ਵੇਰੋਂ ਆਉਂਦਾ ਹੈ वोलियाला अच्छा जी पांच पौ बानवे चीन को चेन तो ना दू है अच्छा जी पांच पौ बानवे तल करन लगे ਕੰਪੋਰਟਮੈਂਟ ਨੇਚੇਸਰੀ ਪਰ ਉਨ ਕੋਰੈਕਟੋ ਉਜ਼ੋ ਦੇ ਲਸਤਰਾ ਦਾ ਵੇ ਸੜਕ ਦਾ ਸਹੀ ਇਸਤੇਮਾਲ ਜਿਹੜਾ ਹੈ ਉਹ ਕਿਸ ਤਰ੍ਹਾਂ ਵੇ ਠੀਕ ਹੈ ਸੜਕ ਦਾ ਸਹੀ ਇਸਤੇਮਾਲ ਇਸ ਤਰ੍ਹਾਂ ਵੇ ਜਿਹਦਾ ਹੱਕ ਬਣਦਾ ਉਹਨੂੰ ਹੱਕ ਦਿਓ ਜਿਸ ਤਰ੍ਹਾਂ ਦੀ ਟ੍ਰੈਫਿਕ ਉਹ ਹਿਸਾਬ ਨਾਲ ਆਪਣੀ ਸਪੀਡ ਐਡਜਸਟ ਕਰੋ ਠੀਕ ਹੈ ਕਿਸੇ ਵਾਸਤੇ ਖਤਰਾ ਨਾ ਬਣਾਓ ਜਿੱਥੇ ਰੁਕਣਾ ਪੈਂਦਾ ਉੱਥੇ ਰੁਕੋ ਇਹ ਸੜਕ ਦਾ ਸਹੀ ਇਸਤੇਮਾਲ ਹੈ ਠੀਕ ਹੈ ਜੀ ਕਾਨੂੰਨ ਤੇ ਅਮਲ ਕਰੋ ਜਿਹੜੇ ਲੇਜੇ ਕਾਨੂੰਨਾਂ ਨੇ ਬਣਾਏ ਨੇ ਉਜ਼ੋ ਕੋਰੈਟੋ ਦੇ ਲਸਤਰਾ ਦਾ ਕਹਿੰਦੇ ਜਿਹੜਾ ਸੜਕ ਦਾ ਸਹੀ ਇਸਤੇਮਾਲ ਹੈ ਕੰਪੋਰਟਾ ਇਹਦੇ ਨਾਲ ਸ਼ਾਮਲ ਹੈ ਕੀ ਸ਼ਾਮਲ ਹੈ ਕੇਈ ਵੈਕੋਲੀ პროਚੇਡਿੰਡ ਸੋਰੀ პროਚੇਡੋ ਵੇ ਗੱਡੀ ਗੱਡੀਆਂ ਨੇ ਚੱਲਣ ਅਦ ਉਹਨਾਂ ਵੈਲੋਸੀਤਾ ਅਦੇ ਗਵਾਤਾ ਇੱਕ ਮਨਾਸਬ ਸਹੀ ਸਪੀਡ ਦੇ ਉੱਤੇ ਆਲੇ ਕੋਂਡੀਸ਼ਿਓਨੀ ਡੇਲਾ ਸਟਰਾਡਾ ਸੜਕ ਦੀ ਹਾਲਤ ਦੇ ਹਿਸਾਬ ਨਾਲ ਇਹ ਦਿਲਤਰਾ ਵੇਖੋ ਤੇ ਟ੍ਰੈਫਿਕ ਦੀ ਹਾਲਤ ਦੇ ਹਿਸਾਬ ਨਾਲ ਵੇਰੋ ਜੀ ਇਸ ਸੜਕ ਦਾ ਸਹੀ ਇਸਤੇਮਾਲ ਹੈ ਜਿਸ ਤਰ੍ਹਾਂ ਦੀ ਸੜਕ ਹੈ ਜਿਸ ਤਰ੍ਹਾਂ ਦੇ ਟ੍ਰੈਫਿਕ ਹੈ ਉਸ ਆਨ ਤੁਸੀਂ ਆਪਣੀ ਗੱਡੀ ਚਲਾਓ ਠੀਕ ਹੈ ਅੱਛਾ ਜੀ ਇੱਥੇ ਲਫ਼ਜ਼ ਆਇਆ ਹੈ ਅਦੇਗਵਾਤਾ ਅਦੇਗਵਾਤਾ ਮਤਲਬ ਮناسب ਸਹੀ ਸੈਂਪਰੇਵੇਰੋ ਦੋ ਫਾਲਸੋ ਇੱਕ ਹੁੰਦਾ ਹੈ ਸਲੂ ਤੇ ਨਾਲ ਤੇ ਇੱਕ ਹੁੰਦਾ ਹੈ ਬੰਬੀ ਨੀਦਾ ਦੂਸਰਾ ਉਜ਼ੋ ਕੋਰੇਟੋ ਦਲਾ ਸਟਰਾਡਾ ਦਾ ਸੜਕ ਦਾ ਸਹੀ ਇਸਤੇਮਾਲ ਹੈ ਕੋਂਪੋਰਤਾ ਇਹਦੇ ਨਾਲ ਸ਼ਾਮਲ ਹੈ ਕੀ ਸ਼ਾਮਲ ਹੈ ਕੇ ਸਿਆਨੋ ਉਜ਼ਰਵਾਤੇ ਲ ਨੋਰ ਮੇ ਕੇ ਭਈ ਨੋਰ ਮੇ ਤੇ ਉਜ਼ਰਵਾਤੇ ਕਰਨਾ ਹੈ ਅਮਲ ਕਰਨਾ ਹੈ ਮਤਲਬ ਲੈਜੇ ਕਾਨੂੰਨ ਨੇ ਉਨਾ ਤੇ ਅਮਲ ਕਰਨਾ ਹੈ ਦੀ ਕੰਪੋਰਟਮੈਂਟੋ ਵਾਲੇ ਜਿਹੜੇ ਨੇ ਇਹ ਕੋਇਲੇ ਦੇ ਤਤ ਦਲਕਮੂਨੇ ਪ੍ਰੂਡੈਂਸ ਸਾਤੇ ਜਿਹੜੇ احتیاط ਸਾਵਧਾਨੀ ਵਾਲੇ ਵੀ ਬਣਾਏ ਗਏ ਨੇ ਉਨਾ ਤੇ ਵੀ ਅਮਲ ਕਰਨਾ ਹੈ ਵੇਰੋ ਉਜ਼ੋ ਮਤਲਬ ਇਸਤੇਮਾਲ ਕੋਰੇਤੋ ਸਈ ਦਲਾਸਟਰਾਦਾ ਸੜਕ ਦਾ ਤੀਸਰਾ uso corretto della strada da sarak da sahi istemal hai comportta shamil hai de naal ke chi si afretti ve asa jaldi karni hai az gumrarre incrocio chow khali karne waste quando compia su semaforo jadon ishare de utte compia ho jave nazar aa jave ya ho jave la luce gialla fisa pidi fix light e non zin gradodi arrestaril vehikle tusi gaddi rokne de qabil nahi ਇਨ ਸਿਕਿਉਰੈਸਾ ਪੂਰੀ ਫਹਾਦਤ ਦੇ ਵਿੱਚ ਪ੍ਰਿਮਦਰ ਸਤਰੀ ਸ਼ਾ ਦੀ ਅਰੈਸਟ ਉਸ ਰੁਕਣੇ ਵਾਲੀ ਲੈਂਡ ਤੋਂ ਪਹਿਲਾਂ ਫਿਰ ਉਹ ਇਹੋੀ ਚੀਜ਼ ਜਿਹੜੀ ਪਿੱਛੇ ਪੜੀ ਏ ਕਿ ਜਾਲੋ ਇਸ਼ਾਰਾ ਆਨ ਹੋ ਜਾਵੇ ਤੁਸੀਂ ਗੱਡੀ ਲੈ ਕੇ ਆਏ ਹੋ ਚੌਕ ਉੱਤੇ ਪਹੁੰਚ ਗਏ ਹੋ ਫਿਰ ਚੌਕ ਨੂੰ ਜਲਦੀ ਨਾਲ ਖਾਲੀ ਕਰੋ ਅਗਰ ਨਿਕਲ ਜਾਓ ਮੈਂ ਕਹਿੰਦਾ ਤੁਸੀਂ ਗੱਡੀ ਰੋਕ ਨਹੀਂ ਸਕਦੇ ਉਸ ਲੈਂਡ ਤੋਂ ਪਹਿਲਾਂ ਜਿੱਥੇ ਤੂੰ ਪਹਿਲਾਂ ਰੁਕੀਦਾ ਹੈ ਫਿਰ ਕੀ ਕਰੋ ਜਲਦੀ ਨਾਲ ਚੌਕ ਨੂੰ ਖਾਲੀ ਕਰੋ ਠੀਕ ਹੈ ਜੀ ਇਹ ਕਹਿੰਦਾ ਸੜਕ ਦਾ ਐਕਸਾਈਜ਼ ਇਸਤੇਮਾਲ ਫਿਰ ਉਹ ਚੌਥਾ ਉਜੋ ਕੋਰੇਤੋ ਡੇਲਾ ਸਟਰਾਡਾ ਦਾ ਸੜਕ ਦਾ ਸਹੀ ਇਸਤੇਮਾਲ ਇਹ ਕੰਪੋਰਟਾ ਇਹਦੇ ਨਾਲ ਸ਼ਾਮਲ ਹੈ ਕੀ ਸ਼ਾਮਲ ਹੈ ਕੇ ਸੀ ਦੀਆ ਲਾ ਪ੍ਰੇਸਿਡੈਂਸਾ ਹੱਕ ਦੇਣਾ ਜੇ ਆਈ ਪੇ ਦੋਨੀ ਪੈਦਲ ਨੂੰ ਕੇ ਅਟਰਾਵਰਸਾਨੋ ਜਿਹੜੇ ਕਰਾਸ ਕਰਦੇ ਨੇ ਪੇ ਸੁੱਲੀ ਅਟਰਾਵਰਸਮੇਂਟੀ ਪੈਡੋਨਾਲੀ ਜ਼ੈਬਰਾ ਕਰਾਸਿੰਗ ਦੇ ਉੱਤੋਂ ਫੇਰੋ ਅੱਛਾ ਜੀ ਪੰਜਵਾਂ ਉਜ਼ੋ ਕੋਰੇਟੋ ਦਲਾ ਸਟਰਾਡਾ ਲ ਸੜਕ ਦਾ ਸਹੀ ਇਸਤੇਮਾਲ ਹੈ ਕੋਂਪੋਰਤਾ ਸ਼ਾਮਲ ਹੈ ਦੇ ਨਾਲ ਕੇਸੀ ਉਜ਼ੀਨੋ ਤੁਸੀਂ ਇਸਤੇਮਾਲ ਕਰੋ ਪ੍ਰੇਟੋਰੀ ਆਨਾਬਲੀਅੰਟੀ ਆਨਾਬਲੀਅੰਟੀ ਲਾਈਟਾਂ ਜਿਹੜੀਆਂ ਨੇ ਨਈ ਚੈਂਤਰੀਆ ਬਿਤਾਤੀ ਆਵਾਦੀ ਦੇ ਵਿੱਚ ਨੀਲੇ ਓਰੇ ਨਤੂਰ ਨੇ ਰਾਤ ਦੇ ਟਾਈਮ ਨੂੰ ਵੇਰੋ ਜੀ ਪ੍ਰੇਟੋਰੀ ਹੈਡਲਾਈਟ ਆਨਾਬਲੀਅੰਟੀ ਜਿਹੜੀ ਹੈ ਠੀਕ ਹੈ ਇਹ 24 ਘੰਟੇ ਆ ਨਹੀਂ ਹੋਣੀ ਜਦੋਂ ਗੱਡੀ ਛਲਾਓ ਦਿਨ ਹੋਵੇ ਰਾਤ ਹੋਵੇ ਸ਼ਹਿਰ ਦੇ ਅੰਦਰ ਹੋਵੇ ਸ਼ਹਿਰ ਤੋਂ ਬਾਹਰ ਹੋਵੇ ਇਹ ਆ ਨਹੀਂ ਹੋਣੀ ਚਾਹੀਦੀ ਉਜੋ ਕੋਰੇਤੋ ਦਲਾ ਸਟਰਾਡਾ ਲਾ ਸਰਾਕ ਡਾ ਸੇ ਇਸਤਮਾਲੇ ਕੰਪੋਰਤਾ ਸ਼ਾਮਲੇ ਦੇ ਨਾਲ ਕੇਸੀ ਗਵਰਦੀਨੋ ਬਈ ਤੁਸੀਂ ਵੇਖਣਾ ਲਿਸਪੇਕੀ ਰੈਟਰੋਵੈਜ਼ੋਰੀ ਪਿੱਛੇ ਵੇਖਣ ਵਾਲੀਆਂ ਸ਼ੀਸ਼ੀਆਂ ਵਿੱਚੋਂ ਪ੍ਰੀਮਾ ਦੀ ਅਸਿਉਨਾਰੇ ਇੰਡੀਕਾਟੋਰੀ ਡਾਇਰੈਕਸ਼ਨ ਡਾਇਰੈਕਸ਼ਨ ਵਾਲਾ ਇਸ਼ਾਰਾ ਆਨ ਕਰਨੇ ਤੋਂ ਪਹਿਲਾਂ ਫਿਰ ਕੰਬਿਆਰੇ ਕੁਰਸੀਆਂ ਕੁਰਸੀਆਂ ਚੇਂਜ ਕਰਨੇ ਵਾਸਤੇ ਵੇਰੋ ਜਦੋਂ ਕੁਰਸੀਆਂ ਚੇਂਜ ਕਰਨੇ ਕੁਰਸੀਆਂ ਚੇਂਜ ਕਰਨੇ ਤੋਂ ਪਹਿਲਾਂ ਸੋਰੀ ਇਸ਼ਾਰਾ ਲਾਣ ਤੋਂ ਪਹਿਲਾਂ ਸ਼ੀਸ਼ਿਆਂ ਦੇ ਵਿੱਚੋਂ ਵੇਖਣਾ ਹੁੰਦਾ ਹੈ ਕਿ ਕੋਈ ਗੱਡੀ ਤੇ ਨਹੀਂ ਪਿੱਛੋਂ ਆਉਂਦੀ ਪਈ ਸਾਰਾ ਕੋਈ ਵੇਖ ਕੇ ਤੇ ਫਿਰ ਜਿਹੜੀ ਉਹ ਇਸ਼ਾਰਾ ਆਨ ਕਰੇਦਾ ਉਸ ਤੋਂ ਬਾਅਦ ਫਿਰ ਕੁਰਸੀਆ ਚੇਂਜ ਹੁੰਦਾ ਠੀਕ ਹੈ ਸਤਵਾਂ ਉ ਜੋ ਕੋਰੇਟੋ ਡੇਲਾ ਸਟਰਾਡਾ ਦਾ ਸੜਕ ਦਾ ਸਹੀ ਇਸਤੇਮਾਲ ਹੈ ਕੰਪੋਰਤਾ ਸ਼ਾਮਲੇ ਦੇ ਨਾਲ ਕਈ ਵਈ ਕੋਲੀ ਇੰਪੇਨੀਨੋ ਗੱਡੀਆਂ ਇਸਤੇਮਾਲ ਸੋਰੀ ਜਿਹੜਾ ਬਿਜ਼ੀ ਕਰਨ ਸੈਂਪਰੇਲਾ ਕਰੇ ਜਾਂਦਾ ਹੈ ਹਮੇਸ਼ਾ ਕਰੇ ਜਾਂਦੇ ਨੂੰ ਇਲ ਪਿਉ ਰੈਪ ਰੈਪਿਡਮੈਂਟੇ ਪੋਸਿਬਿਲੇ ਜਿੰਨਾ ਜਲਦੀ ਹੋ ਸਕਦਾ ਫਾਲਸੋ ਜੀ ਕਰੇ ਜਾਤਾ ਸੜਕ ਬਿਜ਼ੀ ਕਰਨ ਵਿੱਚ ਮਤਲਬ ਸੜਕ ਦੇ ਉੱਤੇ ਜਾਣੇ ਜਲਦੀ ਨਹੀਂ ਕਰਨੀ ਕਿਉਂਕਿ ਜਲਦੀ ਕਰੋ ਦੇ ਮਤਲਬ ਪਿੱਛੋਂ ਗੱਡੀ ਪੀ ਆਉਂਦੀ ਜਲਦੀ ਨਾਲ ਸੜਕ ਉੱਤੇ ਟੁਰ ਗਏ ਤੁਸੀਂ ਤੇ ਇਹ ਚੀਜ਼ ਖਤਰਨਾਕ ਹੋ ਸਕਦੀ ਕਰੇ ਜਾਤਾ ਬਿਜ਼ੀ ਕਰਨੇ ਵਿੱਚ ਜਲਦੀ ਨਹੀਂ ਕਰਨੀ ਰੈਪਿਡਮੈਂਟੇ ਮਤਲਬ ਜਲਦੀ ਸੈਂਪਰੇ ਫਾਲਸੋ ਤੇ ਤਿੰਨ ਵੇਰੋਂ ਨੇ difficoltoso liberarlo terroso ਜਿਹਦੇ ਵਿੱਚ ਦੋ ਲਫ਼ਜ਼ ਤੇ ਉਨਜੀ ਸੈਂਪਰੇ ਵੇਰੋ ਆ ਜਾਂਦੇ ਨੇ ਡਿਫਿਕੋਲਟੋ ਜਿਹੜਾ ਸੈਂਪਰੇ ਵੇਰੋ ਹੈ ਲਿਬੇਰਾਰਲੋ ਜਿਹੜਾ ਉਹ ਸੈਂਪਰੇ ਵੇਰੋ ਹੈ ਅੱਛਾ ਜੀ 8ਵਾਂ uso corretto della strada la ਸੜਕ ਦਾ ਸਹੀ ਇਸਤੇਮਾਲ ਹੈ ਕੋਂਪੋਰਤਾ ਇਹਦੇ ਨਾਲ ਸ਼ਾਮਲ ਹੈ ਕੇ ਚੀਸੀ ਅਰੇਸਤੀ ਸੈਂਪਰੇ ਵੀ ਹਮੇਸ਼ਾ ਰੁਕਣਾ ਹੈ ਆਈ ਪਾਸਾਜੀ ਪੈਦਨਾਲੀ ਪੈਦਲ ਦੀ ਕਰਾਸਿੰਗ ਤੇ ਰਿਪਰਤੇਂਦੋ ਸੋਲੋ ਤੇ ਫਿਰ ਕਹਿੰਦਾ ਸਿਰਫ ਚੱਲਣਾ ਉਸ ਟਾਈਮ ਹੈ ਦੁਬਾਰਾ ਸੇ ਨੋਨ ਸੋਪਰਾ ਜੂੰਗੋ ਨੋ ਪੈਦੋਨੀ ਜੇ ਪੈਦਲ ਨਹੀਂ ਆਉਂਦੇ ਪੈਦਲ ਫਾਲਸੋ ਜੀ ਸੈਂਪਰੇ ਨਹੀਂ ਰੁਕਣਾ ਹੁੰਦਾ ਜਿੱਤੇ ਇਸ਼ਾਰੇ ਲੱਗੇ ਨੋ ਤੇ ਇਸ਼ਾਰਿਆਂ ਦੇ ਸਾਹਮਣੇ ਚੱਲਣਾ ਹੁੰਦਾ ਹੈ ਨਾਵਾ ਉਜ਼ੋ ਕੋਰੇਟੋ ਦਲਾ ਸਤਰਾਦਾ ਤੇ ਆ ਸੜਕ ਦਾ ਸਹੀ ਇਸਤੇਮਾਲ ਹੈ ਕੰਪੋਰਤਾ ਸ਼ਾਮਲ ਇਹ ਦੇ ਨਾਲ ਕੇਸੀ ਉਜ਼ੀਨੋ ਇਨ ਓਨੀ ਕਾਜ਼ੋ ਕਿ ਤੁਸੀਂ ਹਰ ਹਾਲਤ ਵਿੱਚ ਇਸਤੇਮਾਲ ਕਰੋ ਇਪ੍ਰੀਓਟੋਰੀ ਅਲੂਚੇ ਅਬਲਿਆਂਤੇ ਜਿਹੜੀ ਅਬਲਿਆਂਤੇ ਲਾਈਟ ਹੈ ਫਾਲਸ ਹੋ ਜੀ ਆ ਬਲਿਆਂਤੇ ਲਾਈਟ ਯੂਜ਼ ਨਹੀਂ ਕਰ ਸਕਦੇ ਅਸੀਂ ਜਿਹੜੀ ਆ ਉੱਤੇ ਉਹਨੇ ਕਿਹਾ ਸੀ ਨਾ ਆਨਾ ਅਬਲਿਆਂਤੇ ਇਹ ਜਿਹੜੀ ਲਾਈਟ ਹੈ ਇਸ ਹਮੇਸ਼ਾ ਇਸਤੇਮਾਲ ਕਰਨੀ ਹੁੰਦੀ ਹੈ ਠੀਕ ਹੈ ਇਹ ਹੁੰਦੀ ਹੈ ਲੋ ਬੀਮ ਜਿੱਦੀ ਰੋਸ਼ਨੀ ਘੱਟ ਹੁੰਦੀ ਹੈ ਅੱਖਾਂ ਵਿੱਚ ਨਹੀਂ ਪੈਂਦੀ ਠੀਕ ਹੈ ਅਬਲਿਆਂਤੇ ਇਹ ਜਿਹੜੀ ਇਹ ਇਹ ਫੁੱਲ ਲਾਈਟ ਹੁੰਦੀ ਹੈ ਮਤਲਬ ਜਦੋਂ ਆਨ ਕਰਦੇ ਹੋ ਤਾਂ ਸਾਹਮਣੇ ਤੋਂ ਆਉਣ ਵਾਲੀ ਗੱਡੀ ਨੂੰ ਕੁਝ ਨਜ਼ਰ ਨਹੀਂ ਆਉਂਦਾ ਕਿਉਂਕਿ ਸਿੱਧੀ ਅੱਖਾਂ 'ਚ ਪੈਂਦੀ ਤੇਜ਼ ਹੁੰਦੀ ਲਾਈਟ ਤੇ ਇਹਦੀ ਥੋੜੀ ਜਿਹੀ ਡਾਇਰੈਕਸ਼ਨ ਵੀ ਥੋੜੀ ਉਤਾਂ ਨੂੰ ਆਉਂਦੀ ਹੈ ਇਹ ਜਿਹੜੀ ਲਾਈਟ ਹੈ ਇਹ ਅਸੀਂ ਇਸਤੇਮਾਲ ਨਹੀਂ ਕਰ ਸਕਦੇ ਸਿਰਫ ਰਾਤ ਨੂੰ ਕਰ ਸਕਨੇ ਆ ਉਹ ਵੀ ਆਬਾਦੀ ਤੋਂ ਬਾਹਰ ਮਤਲਬ ਸ਼ਹਿਰ ਪਿੰਡ ਤੋਂ ਬਾਹਰ ਠੀਕ ਹੈ ਇੱਕ ਇਹ ਚੀਜ਼ ਹੋ ਗਈ ਦੂਸਰਾ ਸਾਡੇ ਅੱਗੇ ਵੀ ਕੋਈ ਗੱਡੀ ਨਾ ਜਾ ਰਹੀ ਹੋਵੇ ਨਾ ਕੋਈ ਆਉਂਦੀ ਪਈ ਹੋਵੇ ਤਿੰਨਾ ਕੋਈ ਪੈਦਲ ਨਾ ਕੋਈ ਸਾਈਕਲ ਨਾ ਕੋਈ ਮੋਟਰਸਾਈਕਲ ਇਹ ਚੀਜ਼ ਮਤਲਬ ਸੜਕ ਖਾਲੀ ਹੋਵੇ ਥੋੜਾ ਨਜ਼ਰ ਆਉਂਦਾ ਤੇ ਫਿਰ ਅਸੀਂ ਐਸ ਲਾਈਟ ਨੂੰ ਯੂਜ਼ ਕਰ ਸਕਨੇ ਆ ਅਬਲੈਂਟ ਲਾਈਟ ਜਿਹੜੀ ਹੈ ਇਸ ਤੋਂ ਇਲਾਵਾ ਇਹਨੂੰ ਯੂਜ਼ ਨਹੀਂ ਕਰ ਸਕਦੇ ਤੇ ਇਹ ਕਹਿੰਦੇ ਨੌਂ ਨਹੀਂ ਕਾਜ਼ੋ ਵੀ ਹਰ ਹਾਲਤ 'ਚ ਤੁਸੀਂ ਇਸਤੇਮਾਲ ਕਰਨੀ ਹੈ ਤੇ ਤਾਂ ਜਿਹੜਾ ਸੜਕ ਦਾ ਸਹੀ ਇਸਤੇਮਾਲ ਹੁੰਦਾ ਫਾਲਸੋ ਜੀ ਔਂਣੀ ਕਾਜ਼ੋ ਹਰ ਹਾਲਤ ਸੈਂਪਰੇ ਫਾਲਸੋ ਦੋ ਵੇਰੋ ਇੱਕ ਹੁੰਦਾ ਸਪੋਰਜੇ ਨਾਲ ਸਪੋਰਜੇ ਦੂਸਰਾ ਹੁੰਦਾ ਸਬੋਕੀਨਾ ਦਸਵਾਂ ਉਜ਼ੋ ਕੋਰੇਟੋ ਦਲਾ ਸਟਰਾਦਾ ਐਡ ਸੜਕ ਦਾ ਸਹੀ ਇਸਤੇਮਾਲੇ ਕੋਂਪੋਰਤਾ ਇਹਦੇ ਨਾਲ ਸ਼ਾਮਲ ਹੈ ਕੇਸੀ ਪ੍ਰੋਚੇ ਦਾ ਬੈ ਚਲਣਾ ਜੇ ਆ ਬੇਲੋਚਿਤਾ ਇਲੇਵਾਤਾ ਜ਼ਿਆਦਾ ਸਪੀਡ ਦੇ ਉੱਤੇ ਫਿਰ ਨੌਨ ਕਿਯਾਰੇ ਇਲਤਰਾਚੋ ਰਕਾਵਟ ਨਾ ਬਣਾਉਣੇ ਵਾਸਤੇ ਫਾਲਸੋ ਜੇ क्रियारे बनाना इंतराल चो रुकावट विलोचिता एलेवाता ज्यादा स्पीड परोचे का चलना अगे बदना तो काफ़ी है क्योंकि तो वीडियो काफ़ी लंबी हो गई तो इंशाल्लाह नेक्स्ट वीडियो से मिलने अल्लाह जी